ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਕੁਝ ਦਿਨ ਪਹਿਲਾਂ 49 ਹਸਤੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ। ਚਿੱਠੀ ਦੇ ਵਿੱਚ ਮੋਬ ਲਿੰਚਿੰਗ ਦਾ ਵੀ ਜ਼ਿਕਰ ਕੀਤਾ ਗਿਆ ਅਤੇ ਇਸ ਮੋਬ ਲਿੰਚਿੰਗ ਸ਼ਬਦ ਨੂੰ ਕਿਵੇਂ ਸਮਝਣਾ ਹੈਗਾ, ਉਸ 'ਤੇ ਸਿਆਸਤ ਵੀ ਹੋ ਰਹੀ ਹੈ, ਪਰ ਇਸ ਨੂੰ ਸਮਝਣਾ ਬਹੁਤ ਲਾਜ਼ਮੀ ਹੈਗਾ। ਪਰ ਜਿਹੜੀ FIR ਹੋਈ ਹੈ, ਉਸ FIR 'ਤੇ ਸਵਾਲ ਚੁੱਕੇ ਜਾ ਰਿਹਾ, ਅਦਾਲਤੀ ਹੁਕਮ ਹੋਏ ਸੀ ਉਸ ਦੇ ਬਾਵਜੂਦ ਸਵਾਲ ਚੁੱਕੇ ਜਾ ਰਿਹਾ, ਅਤੇ ਇਹਨਾਂ ਸਵਾਲਾਂ ਨੂੰ ਸਮਝਣ ਜ਼ਰੂਰਤ ਹੈ ਕੀ ਹੈ। ਜੋ 49 ਹਸਤੀਆਂ ਨੇ ਚਿੱਠੀ ਲਿਖੀ ਸੀ, ਖੁੱਲ੍ਹੀ ਚਿੱਠੀ, ਤਾਂ ਉਹਨਾਂ ਉਸ ਚਿੱਠੀ ਦੀ ਹਮਾਇਤ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਵਿਰੋਧੀ ਹੈਗੇ, ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਹੈਗੇ, ਉਹਨਾਂ ਨੇ ਤਾਂ ਨਿਤਰਨਾ ਹੀ ਸੀ। 180 ਹਸਤੀਆਂ, 180 ਤੋਂ ਵੱਧ ਹਸਤੀਆਂ ਜਿਹੜੀਆਂ ਕਿ ਸੱਭਿਆਚਾਰਕ ਭਾਈਚਾਰੇ ਨਾਲ ਸੰਬੰਧ ਰੱਖਦੀਆਂ ਹੈਗੀਆਂ, ਉਹ ਵੀ ਇਸ ਦੇ ਹੱਕ ਵਿੱਚ ਉੱਤਰ ਆਈਆਂ, ਅਤੇ ਦੇਸ਼ ਧਰੋਹ ਦਾ ਇੱਕ ਰੋਲਾ ਪੈ ਰਿਹਾ ਹੈਗਾ, ਦੇਸ਼ ਭਗਤੀ ਦਾ ਵੀ ਰੋਲਾ ਪੈ ਰਿਹਾ ਹੈਗਾ। ਇਸ ਸਭ ਦੇ ਵਿਚਾਲੇ ਸਵਾਲ ਇਹ ਪੁੱਛਣ ਲਾਜ਼ਮੀ ਹੈਗਾ ਕਿ ਦੇਸ਼ ਧਰੋਹ ਵਾਲਾ ਰੋਲਾ ਪੈ ਕਿਉਂ ਰਿਹਾ। ਆਈ ਬਹਿਸ ਕਿਉਂ ਕਰਨੀ ਪੈ ਰਹੀ ਹੈ, ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਹਜੂਮੀ ਹਿੰਸਾ 'ਤੇ PM ਨੂੰ ਚਿੱਠੀ ਲਿਖਣ ਕਰਕੇ 49 ਹਸਤੀਆਂ 'ਤੇ ਕੇਸ ਦਰਜ ਹੋਇਆ। 49 ਨਾਮੀ ਹਸਤੀਆਂ 'ਤੇ ਬਿਹਾਰ ਦੇ ਮੁਜ਼ੱਫਰਪੁਰ ਵਿੱਚ FIR ਹੋਈ ਹੈ। ਸੱਭਿਆਚਾਰਕ ਭਾਈਚਾਰੇ ਨਾਲ ਜੁੜੀਆਂ 180 ਤੋਂ ਵੱਧ ਨਾਮੀ ਹਸਤੀਆਂ ਨੇ ਨਿੰਦਾ ਕਰ ਦਿੱਤੀ ਹੈ। ਇੱਕ ਸਵਰ ਵਿੱਚ ਕਿਹਾ ਕਿ ਖੁੱਲ੍ਹੇ ਪੱਤਰ ਨੂੰ ਦੇਸ਼ ਧਰੋਹੀ ਕਾਰਵਾਈ ਕਿਵੇਂ ਕਿਹਾ ਜਾ ਸਕਦਾ ਹੈ। ਅਦਾਲਤੀ ਹੁਕਮਾਂ 'ਤੇ FIR ਦਰਜ ਹੋਈ ਹੈ, ਉਸ ਦੇ ਬਾਵਜੂਦ ਸਰਕਾਰ 'ਤੇ ਸਵਾਲ ਉੱਠ ਰਿਹਾ। ਕੇਂਦਰੀ ਮੰਤਰੀ ਜਾਵੜੇਕਰ ਨੇ ਸਫਾਈ ਦਿੱਤੀ ਹੈ ਕਿ ਸਰਕਾਰ ਦਾ FIR ਨਾਲ ਕੋਈ ਵਾਸਤਾ ਨਹੀਂ ਹੈ। ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਹੈ, ਪੁੱਛਿਆ ਕਿ ਇਹੀ ਹੈ ਨਵਾਂ ਭਾਰਤ। ਅਤੇ ਇੱਧਰ ਕੇਰਲਾ ਦੀਆਂ ਦੋ ਖੱਬੇ ਪੱਖੀਆਂ ਜਥੇਬੰਦੀਆਂ ਨੇ 49 ਹਸਤੀਆਂ ਦੀ ਚਿੱਠੀ ਦੀ 1.5 ਲੱਖ ਕਾਪੀ ਪ੍ਰਧਾਨ ਮੰਤਰੀ ਨੂੰ ਭੇਜ ਦਿੱਤੀ ਹੈ। ਪਟੀਸ਼ਨਰ ਕੀ ਕਹਿ ਰਿਹਾ, ਸਿਆਸਤ ਕੀ ਕਹਿ ਰਹੀ ਹੈ, ਪਹਿਲਾਂ ਸੁਣ ਲਈਏ। ਲੇਕਿਨ ਦੇਸ਼ ਕੋ ਬਦਨਾਮ ਕਰਨੇ ਕਾ ਅਧਿਕਾਰ ਤੋ ਕਿਸੀ ਕੋ ਨਹੀਂ। ਇਸ ਦੇਸ਼ ਮੇ ਆਜ ਸੁਖ ਸ਼ਾਂਤੀ ਹੈ, ਆਜ ਕਹੀਂ ਕਰਫਿਊ ਨਹੀਂ, ਦੰਗਾ ਨਹੀਂ, ਫਸਾਦ ਨਹੀਂ। ਪੂਰੇ ਦੁਨੀਆ ਕੇ ਅੰਦਰ ਭਾਰਤ ਅਮਨ ਪਸੰਦ ਕੋਈ ਦੇਸ਼ ਨਹੀਂ। ਜਹਾਂ ਭਾਰਤ ਕੇ ਮੁਸਲਿਮ ਭਾਈ ਮਾਇਨੋਰਟੀ ਕੇ ਲੋਕ ਸੁਰੱਖਿਅਤ ਹੈ, ਭਾਰਤ ਕੇ ਮੁਸਲਮਾਨੋ ਕੇ ਲਈ ਭਾਰਤ ਸੇ ਅੱਛਾ ਦੇਸ਼, ਹਿੰਦੂ ਸੇ ਅੱਛਾ ਦੋਸਤ, ਮੋਦੀ ਸੇ ਅੱਛਾ ਨੇਤਾ ਨਹੀਂ ਮਿਲ ਸਕਤਾ। ਫਿਰ ਵੀ ਕੁਛ ਲੋਕ ਭਾਰਤ ਕੋ ਬਦਨਾਮ ਕਰਨੇ ਮੇ ਲਗੇ। ਲੁੱਕ, ਐਵਰੀਬਾਡੀ ਨੋਜ਼ ਵਾਟ ਇਜ਼ ਗੋਇੰਗ ਔਨ ਇਨ ਦ ਕੰਟਰੀ, ਇਟ ਇਜ਼ ਨੋਟ ਅ ਸੀਕ੍ਰੇਟ, ਇਨ ਫੈਕਟ ਦ ਹੋਲ ਵਰਲਡ ਨੋਜ਼ ਇਟ। ਵੀ ਆਰ ਮੂਵਿੰਗ into a authoritarian state. It's pretty clear. Anybody who says anything against the Prime Minister, anybody who raises anything against the government is put in jail, is attacked, media is crushed. Everybody knows what's going on. This is not a secret. It's nice of you to raise. If actually action as threatened takes place, then obviously you're challenging freedom of expression. Because it's not a, you know, it in fact goes against the constitution, you see, because freedom of expression is a constitutional right given to every single citizen of this country. You know, as long as there is no, you know, act of sedition or threat of sedition, there is a, comments made or appeals made do not constitute a threat, nor are they seditious in any way. 49 film ke abhineta abhinetri ke khilaf ek CGM court mein mukadma darj karaya tha, jisme Konkana Sen, Arpana Sen, Mani Ratnam samet 7 ko namzad karte hue bakiya agyat kar maine aarop lagaya tha ki bharat ke jawaz pradhanmantri maniye Nain Bhai Modi ji ko in logo ne patra likh kar ke aur desh mein asahansunta ki aur ke sath sath कई सारे बिंदुओं पर मुद्दा उठाते हुए पत्र लिखा था, और पत्र लिखने के साथ साथ उस पत्र को गोपनीयता को भंग कर देश की छवि, प्रधानमंत्री की छवि विदेशों में खराब करने की कार्य की गई थी इन लोगों द्वारा। उसी मुकदमा में CGM के आदेश पर माननीय सदर थाना प्रभारी जी के द्वारा इन सभी के खिलाफ FIR दर्ज कर ली गई है। सरकार ने कोई केस नहीं की है, ये एक कोई व्यक्ति वहां गए कोर्ट में, कोर्ट ने आदेश दिया, हमने नहीं, सरकार ने नहीं किया है। बड़ा सवाल इस डिबेट ਦੇ ਵਿੱਚ ਇਹ ਪੁੱਛਿਆ ਜਾਵੇਗਾ ਕਿ ਦੇਸ਼ ਧਰੋਹੀ ਅਤੇ ਦੇਸ਼ ਭਗਤੀ ਵਾਲੀ ਬਹਿਸ ਦੇਸ਼ ਨੂੰ ਕਿੱਧਰ ਲੈ ਕੇ ਜਾਵੇਗੀ। ਇਸੇ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਹਰਚੰਦ ਸਿੰਘ ਬਾਟ, ਸੀਨੀਅਰ ਐਡਵੋਕੇਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ। ਬਾਟ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿਆਸਤ ਵਿਚਾਲੇ ਕਾਨੂੰਨੀ ਨੁਕਤਾ ਜਿਹੜਾ ਹੈਗਾ, ਉਸ ਕਾਨੂੰਨੀ ਨੁਕਤੇ 'ਤੇ ਸਿਆਸਤ ਕਿਉਂ ਹੋ ਰਹੀ ਹੈਗੀ ਹੈ।
ਬਾਹਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਬੁਲਾ ਰਿਹਾ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ ਸਿੰਘ CPIML ਦੇ ਬੁਲਾ ਰਹੇ ਨੇ, ਕਮਲਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਪ੍ਰੈਸ ਮਨਜੀਤ ਸਿੰਘ ਪ੍ਰੀਟੀ ਕੈਨਲਿਸ ਦੇ ਤੌਰ 'ਤੇ ਸਾਡੇ ਮੌਜੂਦ ਰਹਿਣਗੇ, ਪ੍ਰੈਸ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮੈਂ ਇਸ ਪੈਨਲ ਨੂੰ ਦਰਖਾਸਤ ਕਰੂੰਗਾ ਕਿ ਬਹੁਤ ਸੰਜੀਦਾ ਚਰਚਾ ਇਹ ਵਿਸ਼ਾ ਮੰਗਦਾ ਹੈਗਾ, ਅਤੇ ਕਿਰਪਾ ਕਰਕੇ ਜਦੋਂ ਜਿਹਨੂੰ ਸਵਾਲ ਪੁੱਛਿਆ ਜਾਵੇ ਉਸਦਾ ਜਵਾਬ ਉਹੀ ਦੇਵੇ। ਬਹੁਤ ਧੰਨਵਾਦ ਰਹੇਗਾ ਤੁਹਾਡਾ ਸਾਰਿਆਂ ਦਾ। ਸਭ ਤੋਂ ਪਹਿਲਾਂ ਸਭ ਭੁੱਲਰ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ, ਭੁੱਲਰ ਸਾਹਿਬ FIR ਅਦਾਲਤ ਦੇ ਥਰੂ ਦਰਜ ਹੁੰਦੀ ਹੈ, ਉਸ ਦੇ ਬਾਵਜੂਦ ਤੁਹਾਡੇ 'ਤੇ ਸਵਾਲ ਕੋਰਟ 'ਤੇ ਪਏ? ਦੇਖੋ, ਜਿਨ੍ਹਾਂ ਨੇ ਸਵਾਲ ਚੱਕਣੇ ਹੈ, ਤੁਸੀਂ ਕੁਛ ਵੀ ਨਹੀਂ ਕਰੋਗੇ, ਉਹਨਾਂ ਨੇ ਫਿਰ ਵੀ ਚੱਕਣਾ ਹੈ, ਕਿਉਂਕਿ ਉਹਨਾਂ ਨੂੰ ਉਨੀ ਦੇਰ ਤੱਕ ਅਹਿਮੀਅਤ ਨਹੀਂ ਮਿਲੇਗੀ ਜਦੋਂ ਤੱਕ ਉਹ ਸਰਕਾਰ ਦੇ ਉੱਤੇ ਸਵਾਲ ਨਹੀਂ ਚੱਕਣਗੇ। ਅਦਾਲਤ 'ਤੇ ਚੱਕ ਨਹੀਂ ਸਕਦੇ, ਅਲਟੀਮੇਟਲੀ ਸਰਕਾਰ 'ਤੇ ਚੱਕਣੇ ਉਹਨਾਂ ਨੇ। ਔਰ ਇਸ ਬਾਰੇ ਬੜਾ ਕਲੀਅਰ ਸਾਡੇ ਮੰਤਰੀ ਜੀ ਨੇ ਵੀ ਔਰ ਬਾਕੀ ਲੋਕਾਂ ਨੇ ਵੀ ਕਲੀਅਰ ਕਰਤਾ ਹੈ ਕਿ ਸਾਡੇ ਵੱਲੋਂ ਇਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ। ਕਿਸੇ ਇੱਕ ਵਿਅਕਤੀ ਨੇ ਉੱਥੇ ਅਗਰ ਕੇਸ ਪਾਇਆ ਹੈ ਔਰ ਉਹਦੇ ਅਗੇਂਸਟ ਅਦਾਲਤ ਨੇ ਕੋਈ ਸੰਗਿਆਨ ਲੈ ਕੇ ਔਰ FIR ਦਰਜ ਕਰਨ ਵਾਸਤੇ ਆਰਡਰ ਦਿੱਤੇ ਨੇ, ਤਾਂ ਉਹਦੇ 'ਚ ਸਰਕਾਰ ਦਾ ਜਾਂ ਉਹ 'ਚ ਭਾਰਤੀ ਜਨਤਾ ਪਾਰਟੀ ਦਾ ਜਾਂ ਤੁਹਾਨੂੰ ਇਹ ਲੱਗਦਾ ਕਿ ਉਹ 49 ਹਸਤੀਆਂ ਜਿਹੜੀ ਚਿੱਠੀ ਲਿਖੀ ਉਹ ਸਰਕਾਰ ਦੀ ਇਮੇਜ 'ਤੇ ਸੱਟ ਮਾਰਦੀ ਹੈ? ਦੇਖੋ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੈਂ ਉਹਨਾਂ 49 ਹਸਤੀਆਂ ਦੇ ਸ਼ਾਨ 'ਚ ਤਾਂ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਬਹੁਤ ਹੀ ਬਾਇਸ ਟਾਈਪ ਦੇ ਲੋਕ ਨੇ। ਉਹਨਾਂ ਨੂੰ ਉਦੋਂ ਚੇਤਾ ਨਹੀਂ ਆਇਆ ਸੀਗਾ ਜਦੋਂ ਸਿੱਖ ਕਤਲੇਆਮ ਹੋ ਰਿਹਾ ਸੀਗਾ, ਉਹਨਾਂ ਨੂੰ ਉਦੋਂ ਚੇਤਾ ਨਹੀਂ ਆਇਆ ਸੀਗਾ ਜਦੋਂ ਹਿੰਦੂਆਂ ਨੂੰ ਕੁੱਟ ਕੇ ਰਾਤੋਂ ਰਾਤ ਸਾਰਿਆਂ ਨੂੰ ਕੱਢਿਆ ਗਿਆ ਸੀਗਾ। ਉਹਨਾਂ ਨੂੰ ਉਦੋਂ ਹੀ ਚੇਤਾ ਆਉਂਦਾ ਹੈ ਜਦੋਂ ਅਫਜ਼ਲ ਗੁਰੂ ਨੂੰ ਜਾ ਕੇ ਫਾਂਸੀ 'ਤੇ ਬਚਾਉਣਾ ਹੁੰਦਾ, ਜਾਂ ਕਸਾਬ ਵਰਗੇ ਨੂੰ ਫਾਂਸੀ ਤੋਂ ਬਚਾਉਣ ਵਾਸਤੇ ਜਦੋਂ ਉਹਨਾਂ ਨੇ ਅੱਗੇ ਆਉਣਾ ਹੁੰਦਾ। ਕੀ ਉਹਨਾਂ ਤੋਂ ਸਵਾਏ ਕਦੀ ਹੋਰਨਾਂ ਲੋਕਾਂ ਦੀ ਵੀ ਰਾਜੂਆਨ ਆਇਆ? ਹੋਰ ਲੋਕ ਨੇ ਜਿਨ੍ਹਾਂ ਦੇ ਮੈਂ ਦੱਸ, ਕਿਉਂਕਿ ਇੱਕੋ ਰਸਤੇ ਚੱਲ ਰਹੇ ਆ, ਇਸ ਕਰਕੇ ਇੱਕੋ ਰਸਤੇ ਹੀ ਬਣ ਰਹੇ ਆ। ਇਸ ਕਰਕੇ ਜਦੋਂ ਰਾਜੂਆਨਾ ਜਾਂ ਹੋਰ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਫਾਂਸੀ ਸਜ਼ਾ ਸੁਣਾਈ ਜਾਂਦੀ, ਉਦੋਂ ਤੇ ਇਹਨਾਂ ਨੂੰ ਚੇਤਾ ਨਹੀਂ ਆਉਂਦਾ। ਇਹ ਇੱਕ ਧੀਰ ਬਣ ਕੇ ਕੰਮ ਕਰ ਰਹੇ ਨੇ, ਕਾਂਗਰਸ ਦੀ ਕਰ ਰਹੇ ਆ, ਕਿਹਦੀ ਕਰ ਰਹੇ, ਮੈਨੂੰ ਉਹਦੇ ਨਾਲ ਕੁਛ ਕਹਿਣ ਦੀ ਲੋੜ ਨਹੀਂ ਹੈਗੀ, ਲੇਕਿਨ ਇੱਕ ਸਰਕਾਰ ਵਿਰੋਧੀ ਧੀਰ, ਇੱਕ ਦੇਸ਼ ਵਿਰੋਧੀ ਧੀਰ ਬਣ ਕੇ ਕੰਮ ਕਰ ਰਹੇ ਨੇ। ਕਮਲਜੀਤ ਸਿੰਘ ਜੀ, ਜੀ ਜਦੋਂ ਅਦਾਲਤ ਇਹ ਹੁਕਮ ਸੁਣਾਉਂਦੀ ਹੈ, ਕੀ ਹੈ ਫਿਰ ਤੁਹਾਡੇ ਵਰਗੇ ਲੋਕ ਇਸ ਸਵਾਲ ਕਿਉਂ ਚੁੱਕਦੇ ਹੈ? ਇਸ ਕਰਕੇ ਕਿਉਂਕਿ ਜਿਹੜਾ ਮੂਲ ਗੱਲ ਉੱਤੇ ਉਠਾਈ ਗਈ ਹੈ ਕਿ ਇਸ ਦੇ ਨਾਲ ਦੇਸ਼ ਦੀ ਛਵੀ ਖਰਾਬ ਹੋ ਰਹੀ ਹੈ। ਸੱਚਾਈ ਇਹ ਹੈ, ਜਿਸ ਕਿਸਮ ਦਾ ਇਹ ਡਿਸੀਜਨ ਆਇਆ ਅਦਾਲਤ ਦਾ, ਮੈਨੂੰ ਕੋਈ ਇਸ ਗੱਲ ਤੋਂ ਹਿਚਕਚਾਹਟ ਨਹੀਂ ਹੈ ਇਹ ਗੱਲ ਕਹਿਣ ਦੇ ਉੱਤੇ ਕਿ ਉਲਟਾ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੀ ਛਵੀ ਇਸ ਹੁਕਮ ਨੇ ਸਾਰੀ ਦੁਨੀਆ ਦੇ ਸਾਹਮਣੇ ਦੂਸ਼ਿਤ ਕਰ ਦਿੱਤੀ ਹੈ। ਜਿਹੜੀ ਸਹੀ ਸਥਿਤੀ ਹੈ ਕਿ ਹਾਲੇ ਤੱਕ ਸਾਡੀਆਂ ਅਦਾਲਤਾਂ ਜਿਹੜੀਆਂ ਨੇ ਉਹ ਸਿਡੀਸ਼ਨ ਨਹੀਂ ਸਮਝ ਸਕੀਆਂ ਵੀ ਅਸੀਂ ਕਿਹਨੂੰ ਕਹਿਣਾ ਅਤੇ ਕਿਹਨੂੰ ਨਹੀਂ ਕਹਿਣਾ। ਸੁਪਰੀਮ ਕੋਰਟ ਨੇ ਵਾਰ ਵਾਰ ਐਕਸਪਲੇਨ ਕੀਤਾ ਵੀ ਸਿਡੀਸ਼ਨ ਜਿਹੜਾ ਹੈਗਾ ਉਹ ਕੋਈ ਐਕਟ ਹੁੰਦਾ, ਚਿੱਠੀ ਕਿਹੜੀ ਸਿਡੀਸ਼ਨ ਹੁੰਦੀ ਹੈ, ਚਿੱਠੀ ਕਿਹੜਾ ਹੋਰ ਹੈਗਾ ਨਾ, ਉੱਪਰਲੀ ਅਦਾਲਤ ਵਿੱਚ ਜਾ ਕੇ ਚੈਲੇਂਜ ਕਰ ਦੋ ਉਸਨੂੰ। ਹਾਂ, ਉਹ ਵੀ ਹੋਣਾ, ਲੇਕਿਨ ਸੱਚਾਈ ਇਹ ਹੈ ਜਿਹੜੀ ਗੱਲ ਇੱਥੇ ਸਾਰੇ ਮਾਮਲੇ ਦੇ ਵਿੱਚ ਜਿਹੜੀ ਸਾਹਮਣੇ ਆਉਣ ਦੀ ਲੋੜ ਹੈ ਉਹ ਇਹ ਹੈ ਕਿ ਸਾਡੇ ਕੋਰਟਸ ਜਿਹੜੀ ਹੈਗੀਆਂ ਉਹ ਕਿੰਨਾ BJP ਦੀ ਲਾਈਨ ਦੇ ਵਿੱਚ ਪੈਰ ਦੇ ਵਿੱਚ ਪੈਰ ਧਰਨ ਲੱਗ ਗਈਆਂ ਨੇ। ਮੈਂ ਬਿਲਕੁਲ ਸਮਝਦਾ ਇਹ ਸਾਰਾ ਕੁਛ ਹੋ ਸਕਦਾ, ਹੁੰਦਾ ਰਹਿਣਾ, ਲੇਕਿਨ ਇਹ ਸੱਚਾਈ ਹੈ ਕਿ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਚਿੰਤਾਜਨਕ ਹੱਦ ਤੱਕ ਵੱਧ ਗਈਆਂ ਨੇ। ਇਸ ਹੱਦ ਤੱਕ ਵੱਧ ਗਈਆਂ ਨੇ ਕਿ ਜਿਵੇਂ ਇੱਕ ਪਰਟੀਕੁਲਰ ਪਾਰਟੀ, ਇੱਕ BJP ਪਾਰਟੀ ਪੂਰੇ ਦੇਸ਼ ਦੇ ਵਿੱਚ ਐਕਸਪਲੇਨ ਕਰਦੀ ਹੈ ਦੇਸ਼ ਧਰੋਹ ਕੀ ਹੁੰਦਾ, ਦੇਸ਼ ਭਗਤੀ ਕੀ ਹੁੰਦੀ ਹੈ, ਸਾਡਾ ਜੁਡੀਸ਼ੀਅਲ ਸਿਸਟਮ ਵੀ ਉਸੇ ਦੀ ਲਕੀਰ ਦੇ ਉੱਤੇ ਫੋਲੋ ਕਰਨ ਲੱਗ ਪਿਆ। ਇਹ ਹੈ ਜਿਹੜਾ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ। ਜਿਹੜੀ ਗੱਲ ਕਮਲਜੀਤ ਹਰੀ ਕਹਿ ਰਹੇ ਹੈ ਕਿ ਸਰਕਾਰ 'ਤੇ ਤਾਂ ਸਵਾਲ ਚੁੱਕਣੇ ਬਣਦੇ ਹੈਗੇ, ਅਸੀਂ ਕਿਉਂਕਿ ਵਿਰੋਧੀ ਧਿਰ ਹੈਗੇ ਸਰਕਾਰ ਦੇ ਸਵਾਲ ਚੁੱਕਾਂਗੇ, ਪਰ ਇਸ ਫੈਸਲੇ ਦੇ ਨਾਲ ਜੁਡੀਸ਼ੀਅਲ ਸਿਸਟਮ 'ਤੇ ਵੀ ਸਵਾਲ ਚੁੱਕੇ ਜਾਣੇ ਹੈਗੇ। ਨਹੀਂ, ਇਹ ਤੋਂ ਵੱਧ ਤੁਹਾਨੂੰ ਹੋਰ ਕੀ ਪਰੂਫ ਚਾਹੀਦਾ ਜਦੋਂ 4 ਸੀਨੀਅਰ ਜੱਜ ਆਪ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਜੁਡੀਸ਼ਰੀ ਬਚਾਓ, ਅਤੇ ਇਹ ਤੋਂ ਵੱਧ ਕੋਈ ਤੁਹਾਨੂੰ ਹੋਰ ਚਾਹੀਦੇ ਆ ਸਬੂਤ ਇਹਦੇ? ਉਹਦੇ ਕਦੀ ਇਤਿਹਾਸ ਜੁਡੀਸ਼ਰੀ ਦੇ ਨਹੀਂ ਹੋਇਆ। ਇੱਕ ਆ ਪਿੱਛੇ ਜੇ ਇੱਕ ਸੀਨੀਅਰ ਲੀਡਰ, ਉਹ ਮਨਿਸਟਰ ਵੀ ਰਹੇ ਆ BJP ਦੇ, ਉਹਨਾਂ ਦਾ ਬਿਆਨ ਆਇਆ ਸੀਗਾ ਕੋਰਟਾਂ ਦੇ ਵਿੱਚ ਅਸੀਂ ਫੈਸਲੇ ਕਰਾਉਣੇ ਜਾਣਦੇ ਹਾਂ, ਇਹਦੀ ਫਿਰ ਪਰਸਨਾ ਵੀ ਹੋਈ, ਫਿਰ ਉਹ ਚਲੋ ਜੋ ਵੀ ਹੋਇਆ, ਇਸ ਕਿਸਮ ਦੀ ਇੱਕ ਅੰਦਰ ਵਿਚਾਰਧਾਰਾ ਚੱਲ ਰਹੀ ਹੈ। ਔਰ ਤੁਹਾਨੂੰ ਇੱਕ ਯਾਦ ਹੋਣਾ ਕਿ 2 ਅਪ੍ਰੈਲ 2018 ਨੂੰ ਜਦੋਂ SC ST ਐਕਟ ਨੂੰ ਡਿਲੀਊਟ ਕੀਤਾ, ਉਹ ਤਾਂ ਕੀਤਾ ਸੀ ਸੁਪਰੀਮ ਕੋਰਟ ਨੇ, ਅਤੇ ਸਾਰੇ ਦੇਸ਼ ਦੇ ਅੰਦਰ ਭਾਰਤ ਬੰਦ ਜਦੋਂ ਦਲਿਤਾਂ ਨੇ ਕੀਤਾ ਤਾਂ ਉਹ ਕੀਤਾ ਸੀ ਸਰਕਾਰ ਵਿਰੁੱਧ, ਅਤੇ ਸਰਕਾਰ ਨੇ ਫਿਰ ਪਾਰਲੀਮੈਂਟ 'ਚ ਲਿਜਾ ਕੇ ਉਹਨੂੰ ਦੁਬਾਰਾ, ਹੁਣ ਉਹ ਈਵਨ ਸੁਪਰੀਮ ਕੋਰਟ ਨੇ ਵੀ ਆਪਣੇ ਮੂੰਹ 'ਤੇ ਆਪ ਚਪੇੜ ਮਾਰ ਕੇ ਉਹਨੂੰ ਠੀਕ ਕਰ ਲਿਆ, ਪਹਿਲੇ ਵਾਲੀ ਗੱਲ ਨੂੰ ਮੰਨ ਲਿਆ ਕਿ ਅਸੀਂ ਗਲਤ ਕੰਮ ਕੀਤਾ। ਇਹਦੇ ਸੁਪਰੀਮ ਕੋਰਟਾਂ ਦਾ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਪਲੀ ਪਾਉਣੀ ਚਾਹੀਦੀ ਹੈ ਉੱਥੇ ਕਿ ਇਹ ਕੇਸ ਤੁਸੀਂ ਗਲਤ ਦਰਜ ਕੀਤਾ? ਬਿਲਕੁਲ, ਸਰਕਾਰ ਨੂੰ ਕਹਿਣਾ ਚਾਹੀਦਾ ਔਰ ਪਾਰਲੀਮੈਂਟ ਦੇ ਅੰਦਰ ਇਹੋ ਜਿਹੀਆਂ ਗੱਲਾਂ ਡਿਸਕਸ ਹੋਣੀਆਂ ਚਾਹੀਦੀਆਂ, ਕਿਉਂਕਿ ਇਹਦੇ ਨਾਲ ਇੱਕ ਪਾਸੇ ਤੁਸੀਂ ਇੱਕ ਨਿੱਕੀ ਜਿਹੀ ਗੱਲ ਦੇਖੋ, ਇੱਕ ਪਾਸੇ ਉਹ ਟਰੰਪ ਨੂੰ ਜਿਹਦੇ ਨਾਲ ਇਹ ਜੱਫੀਆਂ ਪਾ ਪਾ ਕੇ ਸਾਡੇ ਪ੍ਰਧਾਨ ਮੰਤਰੀ ਜਾਂਦੇ ਆ ਉਹਨੂੰ ਇੰਪੀਚ ਕਰ ਰਹੇ ਆ,
और उत्थे एक एड्डा वड्डा प्रधान साढ़े को इतने सोच सकता कि सर तुम प्रधानमंत्री के इंपीचमेंट का कोई नारा मारो वो तो चक के ताड़ियां हड्डियां तोड़ देंगे जिथे तुम एक चिट्ठी लिखी वाली धरती हिल जाती है और तुम जाके उन्होंने विरुद्ध सडिशन का कर देने तो इंपीचमेंट तक छोटा ब्रेक ब्रेक तो वापस आऊंगा तो बाढ़ साहब तो समझने की कोशिश करनी हैगी एक चिट्ठी से नाल ही देश द्रोही का मामला किवें दर्ज हो सकता है जो किसी कुछ लिखा जाता है का, निंदा ते द्रोह के विचाले फर्क क्यों नहीं समझना चाहते तो क्यों नहीं समझना चाहता गा सवाल यह भी बड़ा महत्वपूर्ण है ब्रेक तो वापस आके पूछना जरूर है सवाल एक पूछ रहे हैं सवाल असं ये पूछ रहे हैं देश द्रोही तो देश भगती वाली बहस देश में किधर लैके जाएगी बाठ साहब मैं एक सवाल थोड़े लिए छड़ के गया बाठ साहब जिहड़ा इस बहस का विशा बनया है कि अदालत के फैसले तो बाद एफ आई आर दर्ज होती है उसके बावजूद सरकार से सवाल चुके जा रहे हैं कमलजीत हरी तो प्रोफेसर मनजीत सिंह गल कह रहे हैं कि जुडिशल सिस्टम से सवाल है जड़े वो पूछने लाजमी हो गए बाठ साहब तुम भी इस इतफाक रख दो देखो के पी सिंह जी पहला तो बधाई दे पात्र हो कि यह जो जिदा बहुत ही सेंसिटिव इशू जोड़ा है साढ़े चर्चा के इस इशू पर आप गलबात कर रहे हैं और ये बहुत ही संवेदनाशील है और ये चर्चा जी है जरूर लोड़ी है सब तो पहले तो असी जो आपके कॉन्स्टिट्यूशन जो संविधान है वो बुनियाद जी है वह बुनियाद जी है वेद बहुत सारिया चीज़ों के अलावा एक है कि हर भारती जो नागरिक है उन्हों अपनी गल कह अधिकार है उन्होंने वो अपनी जो फ्रीडम ऑफ एक्सप्रैशन जिन्हों असी कहने चाहे वह ओरल है चाहे वह लिखती दे ईवन द जी प्रेस की फ्रीडम है वह भी वो कवर होंगी है जोड़ा आर्टिकल 19 साढ़े संविधान का है वह बहुत ही क्लीयर है और ये उत्ते जे किसी तरह की भी लिमिटेशन आती है जे किसी तरह की भी रिस्ट्रिक्शन लगती है तो सुप्रीम कोर्ट बहुत सारिया जजमेंट है कि तुसी जेड़े साढ़े संविधान के फंडामेंटल है जेड़े बुनियाद है उन्हां नाल तुसी छेड़खानी नहीं कर सकते है जे कानून भी कोई बनने हैं कोई फैसले भी आने हैं तो वह बुनियादा के खिलाफ नहीं आ सकते इस करके ये जिहड़ा जिहड़ी चिट्ठी का मसला ये जिहड़ा है साढ़े जिहड़े भारत के 49 नागरिक है जिहड़े बहुत बड़िया परसनैलिटीज़ ने शख्सियतां ने और वह शख्सियतां ने जिन्हां का साढ़े समाज के कंट्रीब्यूशन है श्याम बेनेगल वर्गा जिन्हां ने पछड़िया श्रेणियों के उत्ते ज ट्राइब्स के उत्ते इन्नियां फिल्म्स बनाईयां ने जे तुसीं देखो तो हैरान करन वालियां चीज़ां होणगियां कि कैसियां ने इस तरह बाकी सारे जिहड़े है वो अपने अपने फील्ड दे विच बहुत ही योगदान उन्होंने पाया ना कोई जानदा बाठ साहब मेरा सवाल है आ रहा मैं वही आ रहा मुजफ्फरपुर दे सीजीएम मैं उठे आ रहा जी आ रहा ते वो एक चिट्ठी जड़ी लिखी है उस चिट्ठी दे उत्ते कोई एफआईआर दर्ज नहीं हुई है किसी ने भी जेड़ा वा कोई पुलिस दे अदारे ने जां सरकार वल्लों कोई एफआईआर दर्ज नहीं होए एक कोई आम आदमी वकील जेड़ा उठिया उन्हें चंगा नहीं लगी चिट्ठी जां उहदे इक खास सोच सी ਉਹਨੇ ਇੱਕ ਮੈਜਿਸਟ੍ਰੇਟ ਜਿਹੜਾ ਸਭ ਤੋਂ ਥੱਲੇ ਵਾਲੇ ਉਹਨੇ ਪਹਿਲੀ ਵਾਰੀ ਇਹੋ ਜਿਹਾ ਕਿ ਪਟੀਸ਼ਨ ਨਹੀਂ ਪਾਈਗੀ ਬਹੁਤ ਸਾਰੇ ਲੋਕ ਆ ਜੀ ਪਾਉਂਦੇ ਰਹਿੰਦੇ ਇਸ ਤਰ੍ਹਾਂ ਦੇ ਇੱਕ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਇੱਕ ਥੱਲੇ ਵਾਲਾ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਹੈ ਉਹਦੇ ਕੋਲ ਜਾ ਕੇ ਕੰਪਲੇਂਟ ਕੀਤੀ ਔਰ ਉਸ ਮੈਜਿਸਟ੍ਰੇਟ ਨੇ ਇੱਕ ਕੈਜੂਅਲ ਵੇ ਦੇ ਨਾਲ ਇੱਕ ਮਕੈਨੀਕਲ ਤਰੀਕੇ ਦੇ ਨਾਲ ਉਹਦੇ ਬਿਆਨ ਨੂੰ ਲੈ ਕੇ ਜਿਹੜਾ ਹੈ ਉਹ ਆਰਡਰ ਕਰ ਦਿੱਤਾ ਕਿ ਇੱਕ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਜਾਏ ਹੁਣ ਐਫ ਆਈ ਆਰ ਜਿਹੜਾ ਵਾ ਮੈਜਿਸਟ੍ਰੇਟ ਨੇ ਕਹਿ ਦਿੱਤਾ ਕਿ ਦਰਜ ਕੀਤੀ ਜਾਏ ਮੈਜਿਸਟ੍ਰੇਟ ਇਜ਼ ਨੋਟ ਦੀ ਫਾਈਨਲ ਅਥਾਰਟੀ ਇਨ ਇੰਡੀਆ ਉਹਦੇ ਉੱਤੇ ਜਦੋਂ ਪੁਲਿਸ ਕੋਲ ਵੀ ਜਾਂਦੀ ਹੈ ਤਾਂ ਪੁਲਿਸ ਦਾ ਵੀ ਇਹ ਫਰਜ਼ ਹੈ ਕਿ ਉਹ ਦੇਖਣ ਕਿ ਕਿਆ ਮੈਜਿਸਟ੍ਰੇਟ ਦਾ ਜਿਹੜਾ ਆਰਡਰ ਹੈ ਉਹ ਵਾਕਿਆ ਹੀ ਲੀਗਲ ਹੈ ਉਹਦੇ ਤੇ ਐਫ ਆਈ ਆਰ ਮੈਜਿਸਟ੍ਰੇਟ ਦੇ ਆਰਡਰ ਨੂੰ ਪੁਲਿਸ ਇਨਕਾਰੀ ਹੋ ਸਕਦੀ ਹੈ ਸਰ ਮੈਂ ਜੀ ਕਰ ਰਿਹਾ ਕੰਪਲੇਂਟ ਬਿਲਕੁਲ ਹੋ ਸਕਦੀ ਉਹਦੇ ਤੇ ਪੁਲਿਸ ਜਿਹੜੀ ਹੈ ਖੁਦ ਪੁਲਿਸ ਕੋ ਵੀ ਰਾਈਟ ਹੈ ਕਿ ਉਸ ਆਰਡਰ ਦੇ ਖਿਲਾਫ ਕਿ ਇਹ ਆਰਡਰ ਜਿਹੜਾ ਮੈਜਿਸਟ੍ਰੇਟ ਨੇ ਗਲਤ ਪਾਸ ਕੀਤਾ ਹੈ ਉੱਥੋਂ ਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉੱਥੋਂ ਦੀ ਜਿਹੜਾ ਪੁਲਿਸ ਹੈ ਉਹ ਵੀ ਉਸ ਆਰਡਰ ਦੇ ਖਿਲਾਫ ਖੁਦ ਜਿਹੜਾ ਹੈ ਜਿਹੜੀ ਉੱਥੋਂ ਦੀ ਸੈਸ਼ਨਸ ਕੋਰਟ ਹੈ ਉਹਦੇ ਕੋਲ ਅਪੀਲ ਪਾ ਸਕਦੇ ਹੈ ਕਿ ਇਹ ਜਿਹੜਾ ਆਰਡਰ ਪਾਸ ਕੀਤਾ ਹੈ ਇਸ ਤਰ੍ਹਾਂ ਦੇ ਨਾਲ ਐਫ ਆਈ ਆਰ ਦਰਜ ਕਰਨ ਦਾ ਇਹ ਬਿਲਕੁਲ ਗੈਰ ਕਾਨੂੰਨੀ ਹੈ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਲੀਗਲ ਨਹੀਂ ਹੈ ਇਸ ਕਰਕੇ ਇਸ ਫੈਸਲੇ ਦੇ ਉੱਤੇ ਸਟੇਅ ਕੀਤਾ ਜਾਵੇ ਇਹ ਰਾਈਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਹੈ ਇਹ ਰਾਈਟ ਪੁਲਿਸ ਦਾ ਵੀ ਹੈ ਔਰ ਇਸ ਤੋਂ ਵੀ ਉੱਪਰ ਇਸ ਤੋਂ ਵੀ ਉੱਪਰ ਜਿਹੜੀ ਇੰਡੀਆ ਦੀ ਗਵਰਨਮੈਂਟ ਹੈ ਉਹਨਾਂ ਦਾ ਵੀ ਇਹ ਜਿਹੜਾ ਹੈ ਔਰ ਇਹ ਰਾਈਟ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਜਿਹੜੀ ਘਟਨਾ ਵਾਪਰਦੀ ਹੈ ਤਾਂ ਉਹ ਖੁਦ ਸੁਪੀਰੀਅਰ ਅਦਾਲਤ ਕੋਲ ਜਾ ਕੇ ਈਵਨ ਹਾਈ ਕੋਰਟ ਔਰ ਸੁਪਰੀਮ ਕੋਰਟ ਕੋਲ ਜਾ ਕੇ ਕਹਿ ਸਕਦੇ ਆ ਕਿ ਇਸ ਤਰੀਕੇ ਦੀ ਜਿਹੜੀ ਇੱਕ ਐਫ ਆਈ ਆਰ ਦਰਜ ਹੋਈ ਹੈ ਇਹ ਸਾਡੇ ਸੰਵਿਧਾਨ ਦੇ ਫੰਡਾਮੈਂਟਲ ਦੇ ਖਿਲਾਫ ਹੈ ਇਸ ਕਰਕੇ ਇਹਦੇ 'ਤੇ ਰੋਕ ਲਾ ਕੇ ਇਹਨੂੰ ਕੁਐਸ਼ ਕੀਤਾ ਜਾਵੇ ਇਹ ਰਾਈਟ ਸਾਡੇ ਗਵਰਨਮੈਂਟ ਦਾ ਵੀ ਹੈ ਪਰ ਜਿਹੜਾ ਸਵਾਲ ਉਠਾਇਆ ਕਿ ਇੱਕ ਇਹੋ ਜਿਹਾ ਜਿਹੜਾ ਮਾਹੌਲ ਬਣਾਇਆ ਗਿਆ
जिस माहौल दे विच जुडिशियल अफसर भी जिहड़े आ उह इस तरह दी एफ आई आर जिहड़ियां दर्ज करन दा इहो जिहे लै के जिहड़ा है उह कर रहा ਇਹ ਮਾਹੌਲ ਦਾ ਹੀ ਇੱਕ ਨਤੀਜਾ ਹੈ ਇੱਕ ਪੋਲੀਟੀਕਲ ਜਿਹੜਾ ਮਾਹੌਲ ਸਾਡੇ ਬਣਿਆ ਹੋਇਆ ਪਿਛਲੇ ਸਮੇਂ ਤੋਂ ਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਉਹ ਵਾਪਰ ਰਹੀਆਂ ਉਸ ਪੋਲੀਟੀਕਲ ਮਾਹੌਲ ਦਾ ਜੱਜਾਂ ਤੇ ਅਸਰ ਹੁੰਦਾ ਨੈਚੁਰਲੀ ਵੀ ਆਰ ਹਿਊਮਨ ਬੀਇੰਗਸ ਠੀਕ ਠੀਕ ਵੀ ਆਰ ਹਿਊਮਨ ਬੀਇੰਗਸ ਅਸਰ ਤਾਂ ਪੁੱਲਰ ਸਾਹਿਬ ਬਾਠ ਸਾਹਿਬ ਬੜੇ ਸੀਨੀਅਰ ਵਕੀਲ ਹੈਗੇ ਬੜਾ ਲੰਬਾ ਤਜਰਬਾ ਇਹਨਾਂ ਦਾ ਬਾਠ ਸਾਹਿਬ ਦਾ ਬਾਠ ਸਾਹਿਬ ਇੱਕ ਗੱਲ ਕਹਿ ਰਹੇ ਹੈਗੇ ਕਿ ਜੇ ਇਦਾਂ ਦਾ ਹੋਇਆ ਸਰਕਾਰ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰ ਸਕਦੀ ਹੈ ਤੁਸੀਂ ਕਰ ਦਿਓ ਨਾ ਇੰਟਰਵੀਨ ਤੁਸੀਂ ਕਹਿ ਦਿਓ ਕਿ ਇਹ ਗਲਤ ਐਫ ਆਈ ਆਰ ਦਰਜ ਕਰਨ ਦੇ ਹੁਕਮ ਹੋਇਆ ਕਿ ਤੁਸੀਂ ਚਾਹੁੰਦੇ ਹੋ ਕਿ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਉੱਥੇ ਇੱਕ ਅਪੀਲ ਪਾਈ ਹੈ ਉਹਦਾ ਵੀ ਇੱਕ ਫੰਡਾਮੈਂਟਲ ਰਾਈਟ ਹੈ ਉਹਨੂੰ ਨਹੀਂ ਚੰਗਾ ਲੱਗਾ ਉਹਨੇ ਪਾ ਤਾ ਜੇ ਨਾ ਪਾਉਂਦਾ ਜਾਂ ਉਹਦੇ ਖਿਲਾਫ਼ ਗੱਲ ਕਰੋਗੇ ਤੁਸੀਂ ਤਾਂ ਕੱਲ੍ਹ ਨੂੰ ਇਹਨਾਂ ਲੋਕਾਂ ਨੇ ਕਹਿਣਾ ਜੀ ਉਹਦਾ ਫੰਡਾਮੈਂਟਲ ਰਾਈਟ ਜਿਹੜਾ ਹੈਗਾ ਤੁਸੀਂ ਰਾਈਟ ਤੋਂ ਹਰਟ ਕਰ ਰਹੇ ਹੋ ਜੀ ਉਹਨੇ ਪਾਈ ਮਜਿਸਟਰ ਦਾ ਆਪਣਾ ਰਾਈਟ ਬਣਦਾ ਉਹਨੇ ਆਪਣੇ ਅਧਿਕਾਰ ਖੇਤਰ ਸੁਧੀਰ ਓਜਾ ਜੀ ਵੱਡੇ ਲੱਗਦੇ ਪਏ ਆ ਮੰਜਾ ਹਸਤੀਆਂ ਦੀ ਚਿੱਠੀ ਓਜਾ ਜੀ ਉਹ ਛੋਟੀ ਲੱਗਦੀ ਨਾ ਤੇ ਉਹ ਵੱਡੇ ਲੱਗਦੇ ਪਏ ਆ ਨਾ ਸਾਨੂੰ ਉਹ ਦੂਜੇ ਵੀ ਵੱਡੇ ਲੱਗਦੇ ਪਏ ਆ ਛੋਟੇ ਦੀ ਗੱਲ ਹੀ ਨਹੀਂ ਮੈਂ ਕਰਦਾ ਮੁੱਦਾ ਵੱਡਾ ਹੈ ਕਿ ਨਹੀਂ ਜਿਹੜਾ ਉਹਨਾਂ ਚੁੱਕਿਆ ਮੈਂ ਕਹਿੰਦਾ ਕਿ ਉਹ ਵੀ ਮੁੱਦਾ ਵੀ ਵੱਡਾ ਨਹੀਂ ਹੈਗਾ ਤੁਹਾਡੇ ਲਈ ਜਿਹੜਾ ਉਹਨਾਂ ਨੇ ਲਿੰਚਿੰਗ ਦੀ ਗੱਲ ਕੀਤੀ ਉਹਨਾਂ ਵਾਸਤੇ ਮੁੱਦਾ ਵੱਡਾ ਹੋ ਸਕਦਾ ਮੈਂ ਤਾਂ ਹੀ ਪਹਿਲਾਂ ਸ਼ੁਰੂਆਤ ਇਹੀ ਕੀਤੀ ਸੀ ਕਿ ਇਹ ਜਿਹੜੇ 49 ਲੋਕ ਨੇ ਇਹ ਉਸ ਟਾਈਮ ਕਿੱਥੇ ਸੀਗੇ ਜਦੋਂ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀਗਾ ਸਭ ਤੋਂ ਵੱਡੀ ਲਿੰਚਿੰਗ ਉਹ ਸੀ ਉਹਦੇ ਤੋਂ ਵੱਡੀ ਲਿੰਚਿੰਗ ਅੱਜ ਤੱਕ ਸਾਰੇ ਵਰਲਡ 'ਚ ਕਦੇ ਨਹੀਂ ਹੋਈ ਜਾਂ ਉਸ ਤੋਂ ਬਾਅਦ 89 ਦੇ ਵਿੱਚ ਜਦੋਂ ਹਿੰਦੂਆਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਨੂੰ ਕੁੱਟ ਕੁੱਟ ਕੇ ਬਾਹਰ ਕੱਢਿਆ ਗਿਆ ਸੀਗਾ ਤੁਸੀਂ ਕਿੱਥੇ ਖੜੇ ਸੀ ਤੁਸੀਂ ਆਪਦਾ ਵੀ ਦੱਸ ਦਿਓ ਨਾ ਤੁਸੀਂ ਕਿੱਥੇ ਖੜੇ ਸੀ ਜਦੋਂ 84 ਹੋਇਆ ਸੀ ਦੇਖੋ ਤੁਸੀਂ ਕਿੱਥੇ ਖੜੇ ਸੀ ਦੇਖੋ ਮੈਂ ਜੋ ਅੱਜ ਦਾ ਮਸਲਾ ਹੈ ਤੁਸੀਂ ਡਾਈਵਰਟ ਕਰਦੇ ਪਏ ਉਸ ਚੀਜ਼ ਕਿੱਥੇ ਖੜੇ ਸੀ 84 ਦਾ ਜੇ ਹੋਇਆ ਤੁਸੀਂ ਕਿੱਥੇ ਖੜੇ ਸੀ ਆਪਦਾ ਵੀ ਦੱਸ ਦਿਓ ਨਾ ਦੇਖੋ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਉਸ ਟਾਈਮ ਜ਼ਰੂਰ ਸਾਡੇ ਜਿਹੜੇ ਉਸ ਟਾਈਮ ਦੇ ਅਡਵਾਨੀ ਜੀ ਸੀਗੇ ਉਹਨਾਂ ਨੇ ਜ਼ਰੂਰ ਇੱਕ ਸਟੇਟਮੈਂਟ ਦਿੱਤੀ ਸੀਗੀ ਵੀ ਇਹ ਹੋਣਾ ਚਾਹੀਦਾ ਸੀਗਾ ਜਿਹੜੇ ਇਹ ਦੇਸ਼ ਵਿਰੋਧੀ ਇੱਕ ਤਾਕਤਾਂ ਉੱਭਰ ਰਹੀਆਂ ਸੀ ਇੱਕ ਮਿੰਟ ਪ੍ਰੋਫੈਸਰ ਸਾਹਿਬ ਤੁਸੀਂ ਮੇਰੀ ਗੱਲ ਪੂਰੀ ਹੋਣ ਦਿਓ ਗੱਲ ਕੀ ਖਤਮ ਹੋਈ ਗੱਲ ਤਾਂ ਸ਼ੁਰੂ ਹੋਈ ਹੈ ਇਹ ਛੋਟੀ ਗੱਲ ਨਹੀਂ ਨਹੀਂ ਬਹੁਤ ਛੋਟੀ ਗੱਲ ਹੈਗੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਉਸ ਟਾਈਮ ਅੱਤਵਾਦ ਦਾ ਮਾਹੌਲ ਸੀ ਗੁਰਦੁਆਰੇ ਉੱਤੇ ਕਬਜ਼ਾ ਕਰ ਲਿਆ ਗਿਆ ਸੀਗਾ ਉਸ ਟਾਈਮ ਸਰਕਾਰ ਦੇ ਨਾਲ ਖੜੇ ਹੋਣਾ ਓਪੋਜੀਸ਼ਨ ਦਾ ਵੀ ਪੂਰਾ ਫਰਜ਼ ਬਣਦਾ ਸੀ ਲੇਕਿਨ ਜਿਹੜੀ ਕਤਲੇਆਮ ਕੀਤਾ ਗਿਆ ਉਹਦੇ ਨਾਲ ਅਸੀਂ ਨਹੀਂ ਖੜੇ ਹੋਏ ਉਹਦੇ ਨਾਲ ਨਹੀਂ ਖੜੇ ਬਿਲਕੁਲ ਨਹੀਂ ਖੜੇ ਹੋਏ ਅਸੀਂ ਸੋਚ ਲਿਓ ਬਿਲਕੁਲ ਸੋਚ ਕੇ ਬੋਲ ਰਹੇ ਕਿਤਾਬਾਂ ਵਿੱਚ ਕਾਨੂੰਨ ਦੀਆਂ ਕਿਤਾਬਾਂ ਵਿੱਚ ਕਿਤੇ ਹੁੰਦਾ ਬਿਲਕੁਲ ਸੋਚ ਕੇ ਬੋਲ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਵਾਜਪਾਈ ਸਾਹਿਬ ਦੀ ਸਰਕਾਰ ਚ ਆ ਕੇ ਐਫ ਆਈ ਆਰ ਪਹਿਲੀ ਦਰਜ ਹੋਈ ਹੈ ਉਹਨਾਂ ਲੋਕਾਂ ਦੇ ਖਿਲਾਫ ਕਮਲ ਜੀ ਇਹ ਕਹਿ ਰਹੇ ਹੈਗੇ ਆ ਕਿ 84 ਵੀ ਹੋਇਆ ਉਹ ਸਭ ਤੋਂ ਵੱਡੀ ਲਿੰਚਿੰਗ ਹੈ ਮੇਰਾ ਸਵਾਲ ਹੈ ਕਮਲਜੀਤ ਕਿਹੜੇ ਮੌਕੇ ਤੇ ਕਿਹਨੂੰ ਕੀ ਬੋਲਣਾ ਚਾਹੀਦਾ ਹੈਗਾ ਹੁਣ ਕੌਣ ਤੈਅ ਕਰੂਗਾ ਅਸੀਂ ਇਹ ਕਹਿਣਾ ਚਾਹ ਰਿਹਾ ਮੈਂ ਮੈਨੂੰ ਇਹ ਲੱਗ ਰਿਹਾ ਵੀ ਸਵਾਲ ਜਿਹੜਾ ਹੈਗਾ ਕੇਂਦਰੀ ਨੁਕਤੇ ਤੋਂ ਭਟਕਾਉਣ ਦੀ ਕੋਸ਼ਿਸ਼ ਨਾ ਕਰੀਏ ਸਵਾਲ ਇਹ ਹੈ ਲਿੰਚਿੰਗ ਚੰਗੀ ਕਿ ਮਾੜੀ ਬਿਲਕੁਲ 84 ਕੌਣ ਕਹਿੰਦਾ 84 ਚੰਗਾ ਹੋਇਆ 84 ਜਿਹੜਾ ਹੈ ਇਹ ਜਿੰਨੀ ਕੰਡੈਮਨੇਸ਼ਨ ਕਰਦੀ ਹੈ ਇੱਕ ਜੈਨੋਸਾਈਡ ਜਿਹੜਾ ਹੈਗਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਸ ਗੱਲ ਨੂੰ ਮੈਂ ਬਕਾਇਦਾ ਔਨ ਰਿਕਾਰਡ ਪੁੱਟ ਕਰਦਾ ਹਾਂ ਕਿ RSS ਦੇ ਬੰਦੇ ਕੀ ਕਰ ਰਹੇ ਸੀ ਉਸ ਦੇ ਵਿੱਚ ਕੀ ਉਹਨਾਂ ਨੇ ਨਹੀਂ ਭੀੜਾਂ ਨੂੰ ਉਕਸਾਈਆਂ ਕੀ ਉਹ ਭੀੜਾਂ ਦਾ ਹਿੱਸਾ ਨਹੀਂ ਸੀ ਬਿਲਕੁਲ ਸੀ ਉਹ ਮੌਜੂਦ ਸੀ ਉੱਥੇ ਉਹਨਾਂ ਨੇ 84 ਦੇ ਰਾਈਟਸ ਦੇ ਵਿੱਚ ਪਾਰਟਿਸਿਪੇਟ ਕੀਤਾ 84 ਦੇ ਰਾਈਟਸ ਉਹਨਾਂ ਨੇ ਕੀਤੇ ਆਪਾਂ ਐਂਟੀ ਸਿੱਖ ਰਾਈਟਸ ਕਹਿ ਲਈਏ ਜਾਂ ਇਹਨੂੰ ਜੈਨੋਸਾਈਡ ਕਹਿ ਲਈਏ ਆਪਾਂ ਰਾਈਟਸ ਨਾ ਮੈਂ ਉਹਦਾ ਜਵਾਬ ਦੇ ਦਿੰਦਾ ਜੀ ਦੂਜਾ ਮੈਂ ਕੀ ਕਹਿਣਾ ਚਾਹ ਰਿਹਾ ਕੋਈ ਨਹੀਂ ਤੁਸੀਂ ਜਵਾਬ ਦੇ ਦਿਓ ਤੁਸੀਂ ਆਪਣੀ ਕਲੈਰੀਫਿਕੇਸ਼ਨ ਦੇ ਦਿਓ ਲੇਕਿਨ ਗੱਲ ਇਹੀ ਆ ਕਿ ਲਿੰਚਿੰਗ ਉਦੋਂ ਵੀ ਮਾੜੀ ਸੀ ਲਿੰਚਿੰਗ 1947 'ਚ ਹੋਈ ਉਹ ਵੀ ਮਾੜੀ ਸੀ ਅਤੇ ਲਿੰਚਿੰਗ ਜਿਹੜੀ ਅੱਜ ਦੇਸ਼ ਦੇ ਵਿੱਚ ਚੱਲ ਰਹੀ ਹੈ ਇਹ ਵੀ ਮਾੜੀ ਹੈ ਹਰ ਕਿਸਮ ਦੀ ਲਿੰਚਿੰਗ ਜਿਹੜੀ ਹੈਗੀ ਹੈ ਮਾੜੀ ਹੈ ਲੇਕਿਨ ਹੁਣ ਕੀ ਹੋ ਰਿਹਾ ਨਵਾਂ ਕੀ ਹੋਇਆ ਨਵਾਂ ਕੀ ਹੋ ਰਿਹਾ ਨਵਾਂ ਇਹ ਹੋ ਰਿਹਾ ਕਿ ਜਿਹੜਾ ਪੂਰੇ ਦੇਸ਼ ਦੇ ਵਿੱਚ ਇੱਕ ਐਸਾ ਮਾਹੌਲ ਬਣ ਗਿਆ ਪਹਿਲੂ ਖਾਨ ਜੁਨੈਦ ਕਿੰਨੇ ਨਾਂ ਆਪਾਂ ਗਿਣ ਲਈਏ ਟ੍ਰੇਨਾਂ ਦੇ ਵਿੱਚੋਂ ਲਾਹ ਲਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਕਿਸੇ ਨੂੰ ਉਹਨੂੰ ਘਰੇ ਬੁਲਾ ਕੇ ਦਿਹਾੜੀਦਾਰ ਦੇ ਤੌਰ ਦੇ ਉੱਤੇ ਉਹਨੂੰ ਕਤਲ ਕਰਕੇ ਵੀਡੀਓ ਬਣਾ ਕੇ ਬੰਦਾ ਹੈਗਾ ਉਹ ਪਾਉਂਦਾ ਜਿਹੜਾ ਇਹ ਮਾਹੌਲ ਕ੍ਰੀਏਟ ਹੋਇਆ ਪੂਰੇ ਦੇਸ਼ ਦੇ ਵਿੱਚ ਇਹ ਨਵੀਂ ਚੀਜ਼ ਹੈ ਇਹ ਬਿਲਕੁਲ ਨਵੀਂ ਚੀਜ਼ ਹੈ ਔਰ ਇਸ ਮਾਹੌਲ ਨੂੰ ਇੱਕ ਸਾਇਲੈਂਟ ਕਿਤੇ ਕਿਤੇ ਵੋਕਲ ਦੋਨੋਂ ਕਿਸਮ ਦੀ ਸਪੋਰਟ ਜਿਹੜੀ ਹੈਗੀ ਹੈ ਉਹ ਸਰਕਾਰ ਵੱਲੋਂ ਜਿਹੜੀ ਹੈ ਉਹ ਮਿਲ ਰਹੀ ਹੈ ਜਿਹਦੇ ਕਰਕੇ ਪੂਰਾ ਹਿੰਦੁਸਤਾਨ ਅੱਜ ਲਿੰਚਿਸਤਾਨ ਜਿਹੜਾ ਹੈਗਾ ਉਹ ਕਹਾਇਆ ਜਾ ਰਿਹਾ ਹੈ ਇਹ ਕੀਤਾ ਜਾ ਰਿਹਾ ਹਿੰਦੁਸਤਾਨ ਦੀ ਛਵੀ ਨੂੰ ਖਰਾਬ ਸੰਘ ਮੁਖੀ ਹੈਗੇ ਉਹਨਾਂ ਦਾ ਬਿਆਨ ਆਉਂਦਾ ਕਿ ਲਿੰਚਿੰਗ ਸ਼ਬਦ ਸਾਡਾ ਨਹੀਂ ਹੈਗਾ ਗਾ ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈਗਾ ਬਾਹਰੋਂ ਆਇਆ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਬਿਆਨ ਨੂੰ ਵੀ ਕਿ ਇਸ ਚਰਚਾ ਵਿੱਚ ਸ਼ਾਮਿਲ ਕਰਨਾ ਚਾਹੀਦਾ ਬ੍ਰੇਕ ਤੋਂ ਵਾਪਸ ਆ ਕੇ ਇਹ ਸਵਾਲ ਹੋਵੇਗਾ ਜ਼ਰੂਰ ਸਵਾਲ ਅਸੀਂ ਇਹ ਪੁੱਛ ਰਹੇ ਦੇਸ਼ ਧਰੋਹੀ ਤੇ ਦੇਸ਼ ਭਗਤੀ ਵਾਲੀ ਬਹਿਸ ਦੇਸ਼ ਨੂੰ ਕਿੱਧਰ ਲੈ ਕੇ ਜਾਵੇ ਕਿ ਬਹੁਤ ਮਹੱਤਵਪੂਰਨ ਸਵਾਲ ਹੈ ਪੁੱਲਰ ਸਾਹਿਬ ਆਪਣੀ ਗੱਲ ਕਰ ਲਓ ਤੁਸੀਂ ਦੇਖੋ ਇੱਕ ਜਿਹੜੀ ਗੱਲ ਇੱਧਰੋਂ ਆਈ ਸੀ ਕਿ ਸਰਕਾਰ ਜ਼ਿੰਮੇਵਾਰ ਹੈ
हर चीज़ लिए जिम्मेवार है और एक इन्होंने कहा कि आर एस एस के लोग उत्थे इनवॉल्व सीगे ये उस तो बाद दे विच बहुत वार सरकारां च भाईवाल रहे ने और सरकारां तो बाहर भी ये बहुत तगड़े ऑपरेशन लीडर रहे ने ये केस कर दे ना एफ आई आर दर्ज करवाउंदे ये क्यों नहीं अगे आए उस चीज़ के मतलब अज तुसी आ के जदों साडी सरकार आई असी एफ आई आर दर्ज करनियां शुरू कीतियां असी फड़फड़ के अंदर करने शुरू किए अज तुसी सवाल पैदा करदे हो आर एस एस का उस टाइम तुसी कित्थे सुत्ते पे सी दूजी जिहड़ी गल है बाड़ साहब की मैं दसनी चाहुंदा है ये कहिंदे जी गुजरात भी गुजरात वाकया लिंचिंग सी जदों ट्रेन साड़ी गई सी उस तो बाद दंगे सी लिंचिंग वो हुई सी जो तेल दे उत्ते जिहड़े यात्री आए सीगे धार्मिक स्थान तो यात्रा करके ਉਹਨਾਂ ਦੀ ਟ੍ਰੇਨ ਨੂੰ ਬੰਦ ਕਰਕੇ ਦਰਵਾਜ਼ਿਆਂ 'ਚ ਤੇਲ ਸੁੱਟ ਕੇ ਸਾੜਿਆ ਗਿਆ ਸੀ ਉਹ ਸੀ ਮੌਬ ਲਿੰਚਿੰਗ ਠੀਕ ਹੈ ਤੁਹਾਡੀ ਤੁਹਾਡੀ ਸਟੇਟਮੈਂਟ ਬਾਅਦ ਦੇ ਵਿੱਚ ਅੱਗਾਂ ਲਾਈਆਂ ਗਈਆਂ ਬੱਚੇ ਵੀ ਸਾੜ ਗਏ ਉਹ ਦੰਗੇ ਸੀ ਉਹ ਦੰਗੇ ਸੀ ਚਲੋ ਤੁਹਾਡੀ ਸਟੇਟਮੈਂਟ ਲਿੰਚਿੰਗ ਉਹ ਸੀ ਬੋਲੋ ਤੁਹਾਡੀ ਸਟੇਟਮੈਂਟ ਪ੍ਰਸਮ ਜੀ ਸਿੰਘ ਸੰਘ ਮੁਖੀ ਨੇ ਇੱਕ ਬਿਆਨ ਬੜਾ ਮਹੱਤਵਪੂਰਨ ਦਿੱਤਾ ਲਿੰਚਿੰਗ ਤੇ ਉਸ ਬਿਆਨ ਨੂੰ ਕੀ ਇਸ ਚਰਚਾ ਦਾ ਹਿੱਸਾ ਬਣਾਉਣਾ ਚਾਹੀਦਾ ਜਾਂ ਨਹੀਂ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਕਿਉਂਕਿ ਦੋ ਵਾਰੀ ਭੁੱਲਰ ਜੀ ਨੇ ਗੱਲ ਕਹਿਤੀ ਉਹਦੀ ਕਲੈਰੀਫਿਕੇਸ਼ਨ ਦੇਣੀ ਜ਼ਰੂਰੀ ਹੈਗੀ ਹੈ ਬੀਜੇਪੀ ਨੂੰ ਕਹਿ ਲਓ ਜਾਂ ਆਰ ਐਸ ਐਸ ਦੇ ਵੀ ਜਿਹੜੇ ਮੁਖੀ ਵੀ ਕਹਿ ਲਓ ਜਾਂ ਉਹਨਾਂ ਦੇ ਜਿੰਨੇ ਵੀ ਕਾਡਰ ਹੈਗਾ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਇਨਸਾਨ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਜਾਂ ਤਾਂ ਆਉਂਦੇ ਆ ਮੁਸਲਮਾਨ ਨਜ਼ਰ ਕ੍ਰਿਸਚੀਅਨ ਸਿੱਖ ਹਿੰਦੂ ਜਾਂ ਆਉਂਦੇ ਆ ਪੰਡਿਤ ਅਤੇ ਕਸ਼ਮੀਰੀ ਅਤੇ ਜਾਂ ਉਸ ਤਰ੍ਹਾਂ ਦਾ ਮੈਨੂੰ ਇਹ ਲੱਗਦਾ ਕਿ ਜਾਤਾਂ ਅਤੇ ਧਰਮਾਂ ਤੋਂ ਇਲਾਵਾ ਕੀ ਇੱਥੇ ਇਨਸਾਨ ਵੱਸਦੇ ਆ ਆਪਾਂ ਇਨਸਾਨਾਂ ਦੀ ਗੱਲ ਅਤੇ ਇਨਸਾਫ ਦੀ ਗੱਲ ਅਤੇ ਸੰਵਿਧਾਨ ਦੀ ਗੱਲ ਕਿਉਂ ਨਹੀਂ ਕਰਦੇ ਇੱਕ ਪਾਸੇ ਮੋਹਨ ਭਗਵਤ ਜੀ ਨੇ ਕਿਹਾ ਕਿ ਲਿੰਚਿੰਗ ਤੇ ਸਾਡੇ ਤੇ ਟ੍ਰੈਡੀਸ਼ਨ ਚ ਕੋਈ ਗੱਲ ਹੈ ਹੀ ਨਹੀਂ ਸਾਡੇ ਤੇ ਇਹੋ ਜਿਹੀ ਕੋਈ ਟ੍ਰੈਡੀਸ਼ਨ ਚ ਲਿੰਚਿੰਗ ਦਾ ਨਾਂ ਹੀ ਨਹੀਂ ਉਹਨਾਂ ਨੇ ਫਿਰ ਕ੍ਰਿਸਚੀਅਨਿਟੀ ਦੀ ਇੱਕ ਸਟੋਰੀ ਦੱਸ ਦਿੱਤੀ ਕਿ ਉਹ ਕਿਵੇਂ ਔਰਤ ਨੂੰ ਮਾਰਨ ਆਏ ਸੀ ਉਹਦੀ ਲੰਬੀ ਕਹਾਣੀ ਪਾਈ ਮਤਲਬ ਇਹ ਹੈ ਕਿ ਇਹ ਕ੍ਰਿਸਚੀਅਨ ਕਲਚਰ ਦੇ ਵਿੱਚ ਉਸ ਧਰਮ ਦੇ ਅੰਦਰ ਲਿੰਚਿੰਗ ਦਾ ਅਰਥ ਹੈਗਾ ਸਾਡੇ ਤੇ ਹਿੰਦੂ ਧਰਮ ਜਾਂ ਹਿੰਦੂ ਸੱਭਿਅਤਾ ਦੇ ਵਿੱਚ ਇਹਦਾ ਕੋਈ ਅਰਥ ਨਹੀਂ ਹੈਗਾ ਇੱਥੇ ਸਿਰਫ ਦੰਗੇ ਆ ਔਰ ਉਹਨਾਂ ਨੇ ਸ਼ਬਦ ਇਹ ਵਰਤੇ ਆ ਕਿ ਇੱਥੇ ਦੇ ਬਰਾਬਰ ਇੱਕ ਦੂਜੇ ਨਾਲ ਕਮਿਊਨਿਟੀ ਦੀ ਲੜਾਈ ਕਮਿਊਨਿਟੀ ਦੀ ਇੱਕ ਦੂਜੇ ਨਾਲ ਲੜਾਈ ਦਾ ਮਤਲਬ ਇੱਥੇ ਦੰਗੇ ਹੁੰਦੇ ਆ ਭਾਵੇਂ ਕੋਈ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਇਹਦਾ ਕੀ ਮਤਲਬ ਹੈ ਤੁਸੀਂ ਮੈਜੋਰਿਟੀ ਮਾਈਨੋਰਿਟੀ ਨੂੰ ਇੱਕ ਬਰਾਬਰ ਰੱਖ ਦਿਓਗੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਉੱਥੇ ਕਿ ਇਹ ਵੀ ਇੱਥੇ ਮੀਡੀਆ ਦੇ ਵੀ ਦੋਸ਼ ਲਾ ਕੇ ਉਸ ਗੱਲ ਨੂੰ ਕਵਰ ਅਪ ਲਿੰਚਿੰਗ ਨੂੰ ਕੋਸ਼ਿਸ਼ ਕੀਤੀ ਗਈ ਕਿ ਮੀਡੀਆ ਵਧਾ ਚੜਾ ਕੇ ਰਿਪੋਰਟਾਂ ਦੇ ਰਿਹਾ ਜਾਂ ਕੁਝ ਲੋਕ ਉਸ ਨੂੰ ਉਛਾਲਾ ਦੇ ਰਿਹਾ ਇੱਕ ਪਾਸੇ ਦੀ ਗੱਲ ਨੂੰ ਉਛਾਲਾ ਦੇ ਇਹ ਕੀ ਮਤਲਬ ਹੈਗਾ ਜੇ ਦੇਖੋ ਇੰਨੇ ਉਹ ਸੀਨੀਅਰ ਬੰਦੇ ਆ ਇੱਕ ਬਹੁਤ ਵੱਡੀ ਸੰਸਥਾ ਜਿਹਦੇ 'ਚ ਲੱਖਾਂ ਕਰੋੜਾਂ ਲੋਕ ਸ਼ਾਮਿਲ ਹੈਗੇ ਆ ਉਹਨਾਂ ਨੂੰ ਆਪਣੇ ਬਿਆਨਾਂ ਨੂੰ ਧਿਆਨ ਨਾ ਦੇਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਸਾਨੂੰ ਆਪਣੀ ਸੱਭਿਅਤਾ ਸਾਨੂੰ ਆਪਣੀ ਭਾਸ਼ਾ ਔਰ ਸਾਨੂੰ ਆਪਣੀ ਟ੍ਰੈਡੀਸ਼ਨ ਇਹਦੇ 'ਚ ਦੇਖੋ ਇਹਦੇ 'ਚ ਵੀ ਇੱਕ ਕਿੱਡੀ ਵੱਡੀ ਮੈਨੂੰ ਤਾਂ ਐਂ ਲੱਗਦਾ ਕਿ ਦੇਖੋ ਇੱਕ ਇੱਕ ਸ਼ਬਦ ਨੂੰ ਸਾਡੇ ਇੱਥੇ ਭਾਸ਼ਾ ਨਹੀਂ ਹੈਗੀ ਇੱਥੇ ਭਾਸ਼ਾਵਾਂ ਹੈਗੀਆਂ ਇੱਥੇ ਸੱਭਿਅਤਾ ਨਹੀਂ ਹੈਗੀ ਇੱਥੇ ਸੱਭਿਅਤਾਵਾਂ ਹੈਗੀਆਂ ਪੈਰਲਲ ਚੱਲਦੀਆਂ ਧਰਾਵਾਂ ਚੱਲਦੀਆਂ ਔਰ ਇੱਥੇ ਕਲਚਰ ਇੱਕ ਨਹੀਂ ਇਸ ਕਰਕੇ ਜਿਹੜੀ ਟ੍ਰੈਡੀਸ਼ਨਸ ਵੀ ਇੱਕ ਟ੍ਰੈਡੀਸ਼ਨ ਨਹੀਂ ਆ ਮਲਟੀਪਲ ਟ੍ਰੈਡੀਸ਼ਨ ਸਾਡੀਆਂ ਚੱਲ ਰਹੀਆਂ ਸਾਨੂੰ ਚਾਹੀਦਾ ਹੈ ਕਿ ਆਪਾਂ ਉਸ ਜਿਹੜੀ ਪਲੂਰੈਲਿਟੀ ਹੈ ਉਸ ਨੂੰ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਜਦੋਂ ਅਸੀਂ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਫਿਰ ਮੈਜੋਰਟੀ ਮਾਈਨੋਰਿਟੀ ਦਾ ਮਸਲਾ ਆਉਂਦਾ ਫਿਰ ਕੁੱਟਣ ਮਾਰਨ ਦਾ ਮਸਲਾ ਆਉਂਦਾ ਫਿਰ ਲਿੰਚਿੰਗ ਦਾ ਆਉਂਦਾ ਜਿੰਨੇ ਮਰਜ਼ੀ ਤੁਸੀਂ ਉੱਤੇ ਪਰਦੇ ਪਾਈ ਜਾਓ ਕੇ ਪੀ ਸਿੰਘ ਇਹ ਪਰਦੇ ਪੈਂਦਿਆਂ ਨਹੀਂ ਪੈਣੇ ਜੋ ਪਬਲਿਕ 'ਚ ਹੋ ਰਿਹਾ ਔਰ ਲੋਕ ਬਿਲਕੁਲ ਜੋ ਪਬਲਿਕ 'ਚ ਹੋ ਰਿਹਾ ਕਿਉਂ ਨਹੀਂ ਲੋਕ ਉਹਦੇ ਵਿਰੋਧ ਬੋਲੋ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪ੍ਰੋਫੈਸਰ ਸਾਹਿਬ ਨੇ ਨਾ ਸਿੱਧਾ ਸਿੱਧਾ ਇੱਕ ਐਲੀਗੇਸ਼ਨ ਲਾਇਆ ਕਿ ਜੀ ਬੀਜੇਪੀ ਔਰ ਆਰ ਐਸ ਐਸ ਆਹ ਚੀਜ਼ ਕਰ ਰਹੀ ਹੈ ਇੱਕ ਪਾਸਾ ਰੱਖਦੀ ਹੈ ਜੀ ਮੁਸਲਮਾਨ ਕ੍ਰਿਸਚਨਾਂ 'ਚ ਸਿੱਖਾਂ 'ਚ ਹਰ ਚੀਜ਼ ਨੂੰ ਨਾ ਵੰਡਿਆ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਇਹਨਾਂ ਦੇ ਸਾਥੀਓ ਨੇ ਜਿਹੜੇ ਬੁੱਧੀਜੀਵੀ ਕਦੀ ਅਵਾਰਡ ਵਾਪਸੀ ਕਰਦੇ ਆ ਕਦੀ ਚਿੱਠੀਆਂ ਲਿਖਦੇ ਨੇ ਵੀ ਉਹਨਾਂ ਲਈ ਵੀ ਤਾਂ ਅਲੱਗ ਅਲੱਗ ਚਿਹਰਾ ਨਜ਼ਰ ਆਉਂਦਾ ਕਸਾਬ ਲਈ ਤਾਂ ਉਹ ਅੱਧੀ ਰਾਤ ਨੂੰ ਜਾ ਕੇ ਕਚਹਿਰੀ ਖਲੋਦੇ ਨੇ ਇੱਕ ਮਿੰਟ ਤਾਂ ਦੂਜੇ ਪਾਸੇ ਜਦੋਂ ਸਿੱਖਾਂ ਨੂੰ ਫਾਂਸੀ ਦੇ ਉੱਤੇ ਚੜਾਇਆ ਜਾਂਦਾ ਉਦੋਂ ਕਿੱਥੇ ਸੁੱਤੇ ਹੁੰਦੇ ਹੋ ਚਲੋ ਠੀਕ ਹੈ ਤੁਹਾਡੀ ਸਟੇਟਮੈਂਟ ਆ ਗਈ ਤੁਹਾਡੀ ਵੀ ਆ ਗਈ ਬਾਟ ਸਾਹਿਬ ਇਸ ਮਾਮਲੇ ਤੋਂ ਬਾਅਦ ਸਵਾਲ ਇਹ ਹੈਗਾ ਕਿ ਇੱਕ ਸੁਨੇਹਾ ਕੀ ਜਾ ਰਿਹਾ ਹੈਗਾ ਸੁਨੇਹਾ ਇਹ ਜਾ ਰਿਹਾ ਕਿ ਸਰਕਾਰ ਨੂੰ ਕੋਈ ਸਵਾਲ ਨਾ ਪੁੱਛੇ ਸੁਨੇਹਾ ਇਹ ਜਾ ਰਿਹਾ ਕਿ ਨਿੰਦਾ ਕਰਨੀ ਹੈ ਜਿਹੜਾ ਸਾਡਾ ਹੱਕ ਹੈਗਾ ਜਿਹੜਾ ਸਾਡਾ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਹੈਗਾ ਉਹ ਹੱਕ ਸਾਡੇ ਤੋਂ ਖੋਇਆ ਜਾ ਰਿਹਾ ਹੈਗਾ ਕੀ ਸੁਨੇਹਾ ਜਾ ਰਿਹਾ ਸੁਨੇਹਾ ਜਿਹੜਾ ਜੀ ਬਹੁਤ ਹੀ ਨੈਗੇਟਿਵ ਜਿਹੜਾ ਜਾ ਰਿਹਾ ਸਾਡੇ ਇੰਡੀਆ ਦੇ ਵਿੱਚ ਵੀ ਔਰ ਬਾਹਰ ਵੀ ਇਹ ਕਦੇ ਨਹੀਂ ਹੋਇਆ ਇਹ ਇੰਡੀਆ ਦੇ ਇਤਿਹਾਸ ਦੇ ਵਿੱਚ ਖਾਸ ਕਰਕੇ ਜਦੋਂ ਤੋਂ ਅਸੀਂ ਆਜ਼ਾਦੀ ਹਾਸਲ ਕੀਤੀ ਆ ਉਸ ਤੋਂ ਬਾਅਦ ਇਹੋ ਜਿਹੀ ਗੱਲ ਕਦੇ ਨਹੀਂ ਹੋਈ ਕਿ ਕੋਈ ਸਿਟੀਜ਼ਨ ਜਿਹੜੇ ਆ ਕੋਈ ਕਿਸੇ ਚੀਜ਼ ਨੂੰ ਮਹਿਸੂਸ ਕਰਦੇ ਆ ਗਲਤ ਜਾਂ ਠੀਕ ਹੈ ਇਤਿਹਾਸ 'ਤੇ ਛੱਡ ਦਿਓ ਤੁਸੀਂ ਇਤਿਹਾਸ ਵਿਲ ਟੈਲ ਕੇ ਗਲਤ ਸੀ ਜਾਂ ਠੀਕ ਸੀ ਪਰ ਕੋਈ ਵੀ ਉਹ ਜਿਹੜੀ ਚੀਜ਼ ਇੱਕ ਉਹਦਾ ਹੈ ਉਹਦੇ ਉੱਤੇ ਇੱਕ ਰਿਸਪੋਂਸ ਕਰਦੇ ਉਹਦੇ ਉੱਤੇ ਇੱਕ ਆਪਣੀ ਰਾਏ ਦਿੰਦੇ ਆ ਉਸ ਰਾਏ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਕੇਸ ਬਣ ਜਾਣਾ ਔਰ ਉਸ ਤੋਂ ਇਲਾਵਾ ਜਿਹੜੇ ਵੀ ਵਿਰੋਧੀ ਲੀਡਰ ਨੇ
ਜਿਹੜਾ ਵੀ ਕੋਈ ਜਿਹੜਾ ਵਾ ਜਿਹੜੀ ਡੋਮੀਨੇਟ ਜਿਹੜਾ ਇਸ ਵੇਲੇ ਸਾਡੀ ਰੂਲਿੰਗ ਕਲਾਸ ਹੈ ਉਹਦੇ ਤੋਂ ਹਟ ਕੇ ਖੜਦੇ ਨੇ। ਸ਼ਰਦ ਪਵਾਰ ਵਰਗੇ ਵੇਖੋ, ਤੁਸੀਂ ਦੇਖੋ ਕਿੰਨੀ ਪੁਰਾਣੀ ਪਰਸਨੈਲਿਟੀ ਆ ਉਹਨਾਂ ਨੂੰ, ਉਹ ਵਿਚਾਰਾ ਰੋ ਰਿਹਾ ਕਿ ਮੈਨੂੰ ਕੱਲ੍ਹ ਤਾਂ ਤੁਸੀਂ ਅੱਜ ਜਿਹੜਾ ਪਦਮ ਭੂਸ਼ਣ ਦਿੱਤਾ ਜੇ ਅਤੇ ਮੈਨੂੰ ਪਦਮ ਭੂਸ਼ਣ ਦੇਣ ਤੋਂ ਬਾਅਦ ਆਹ ਮੇਰੇ ਨਾਲ ਕਰ ਰਹੇ ਹੋ, ਅਜੇ ਤੱਕ ਮੇਰੇ 'ਤੇ ਕਦੇ ਕਿਸ ਤਰ੍ਹਾਂ ਦੀ ਜਿਹੜੀ ਇਹੋ ਜਿਹੀ ਗੱਲ ਨਹੀਂ ਹੋਈ। ਤੁਸੀਂ ਦੇਖੋ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ, ਇਹ ਤਾਂ ਮੈਂ ਇੱਕ ਨਾਂ ਲਿਆ, ਅਤੇ ਉਹ ਹਾਲਤਾਂ ਦੇ ਵਿੱਚ ਜਿਹੜਾ ਵਾ ਇਹ ਮੈਸੇਜ ਜਿਹੜਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੂਐਵਰ ਕੋਈ ਵੀ ਜਿਹੜਾ ਵਾ ਉਹ ਸਰਕਾਰ ਦੇ ਕਿਸੇ ਚੀਜ਼ ਦੇ ਖਿਲਾਫ ਬੋਲੇਗਾ ਤਾਂ ਉਹਨੂੰ ਇਹ ਚੀਜ਼ ਜਿਹੜੀ ਹੈ। ਹੁਣ ਮੈਂ ਸਵਾਲ ਪੁੱਛਣੇ ਬੰਦ ਕਰਦਾ ਤਿਆਰ ਸਾਹਿਬ, ਸਵਾਲ ਪੁੱਛਣੇ ਬੰਦ ਕਰਦਾ। ਇਹ ਇੱਕ ਕੋਸ਼ਿਸ਼ ਹੈ ਪਰ ਹਿੰਦੁਸਤਾਨ ਦੀ ਜਿਹੜੀ ਮੈਂ ਸਮਝਦਾ ਕਿ ਸੱਭਿਆਚਾਰ ਰਿਹਾ ਹਿੰਦੁਸਤਾਨ ਦੀ ਜਿਹੜੀ, ਈਵਨ ਅੰਗਰੇਜ਼ਾਂ ਦੇ ਵੇਲੇ ਜਦੋਂ ਗੋਲੀ ਸਿੱਧੀ ਮਾਰ ਦਿੰਦੇ ਸੀ ਉਸ ਵੇਲੇ ਵੀ ਜਿਹੜੇ ਸਾਡੇ ਸੁਤੰਤਰਤਾ ਸੈਨਾਨੀ ਸੀ ਉਹ ਨਹੀਂ ਹਟੇ। ਭਗਤ ਸਿੰਘ ਵਰਗਿਆਂ ਨੂੰ ਚਾਹੇ ਕੁਰਬਾਨੀਆਂ ਦੇਣੀਆਂ ਪਈਆਂ ਹੋਣ ਇਸ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਲੈ ਕੇ, ਇਸ ਆਜ਼ਾਦੀ ਨੂੰ ਲੈ ਕੇ, ਔਰ ਮੈਂ ਸਮਝਦਾ ਕਿ ਚਾਹੇ ਕਿੰਨੀ ਵੀ ਕੋਸ਼ਿਸ਼ ਕੀਤੀ ਜਾ ਜਾਣ ਵਾਲੀ ਜਿਹੜੀ ਆ ਇੱਕ ਤਰਕੀਬ ਹੋਵੇ, ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੋਵੇ, ਪਰ ਲੋਕ ਜਿਹੜੇ, ਮੇਰਾ ਖਿਆਲ ਹੈ ਕਿ ਜਿਹੜੇ ਸਹੀ ਸੋਚਣ ਵਾਲੇ ਲੋਕ ਹੈ, ਮੈਂ ਕਹਿੰਦਾ ਕਿ ਸਹੀ ਸੋਚਣ ਵਾਲੇ ਲੋਕ ਵੀ ਛੱਡ ਦਿਓ, ਕੋਈ ਵੀ ਇੱਕ ਇੰਡੀਅਨ ਸਿਟੀਜ਼ਨ ਆ, ਭੁੱਲਰ ਸਾਹਿਬ ਕਹਿੰਦੇ ਆ ਕਿ ਨਹੀਂ ਇਹ ਨਹੀਂ ਹੋ ਰਿਹਾ, ਕੱਲ੍ਹ ਨੂੰ ਮੰਨ ਲਓ ਕਾਂਗਰਸ ਜਾਂ ਕੋਈ ਹੋਰ ਆ ਜਾਂਦੇ ਆ ਜੇ ਇਹਨਾਂ ਨੂੰ ਇਸੇ ਤਰ੍ਹਾਂ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਕੀ ਹੋਏਗਾ। ਘੱਟੋ ਘੱਟ ਅਸੀਂ ਇੱਕ ਮਿਨੀਮਮ ਤਾਂ ਇਸ ਰੱਖੀਏ ਕਿ ਜੋ ਸਾਡਾ ਸੰਵਿਧਾਨ ਪ੍ਰੋਵਾਈਡ ਕਰਦਾ, ਜਿਹੜਾ ਜਿਹਨੂੰ ਅਸੀਂ ਸਾਰੇ ਮੰਨਦੇ ਹਾਂ ਉਹਦੇ ਮੁਤਾਬਕ ਤਾਂ ਠੀਕ 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 ਠੀਕ। ਕਮਲਜੀਤ, ਤੁਸੀਂ ਸੋਸ਼ਲ ਮੀਡੀਆ 'ਤੇ ਬੜੇ ਐਕਟਿਵ ਰਹਿੰਦੇ ਹੋ, ਕਮਲਜੀਤ ਸੋਸ਼ਲ ਮੀਡੀਆ 'ਤੇ ਅਕਸਰ ਜਿਹੜੇ ਉਹ ਸਰਕਾਰ ਤੋਂ ਸਵਾਲ ਪੁੱਛੇ ਜਾਂਦੇ, ਚਾਹੇ ਸਟੇਟ ਗੌਰਮੈਂਟ ਹੋਵੇ ਚਾਹੇ ਸੈਂਟਰ ਗੌਰਮੈਂਟ ਹੋਵੇ, ਕੀ ਉਹ ਸਵਾਲ ਪੁੱਛਣੇ ਇਸ ਸੁਨੇਹੇ ਦੇ ਨਾਲ ਘੱਟ ਜਾਣਗੇ? ਨਹੀਂ, ਸਵਾਲ ਪੁੱਛਣੇ ਨਹੀਂ ਬੰਦ ਹੋਣਗੇ, ਇਹ ਸਵਾਲ ਨਹੀਂ ਉੱਠਣੋਂ ਬੰਦ ਹੋਣੇ, ਇਹ ਸਵਾਲ ਇਹਨਾਂ ਨੂੰ ਸਾਹਮਣਾ ਕਰਨਾ ਹੀ ਪੈਣਾ। ਉਹਦੀ ਕਾਰਨ ਹੈ, ਅਸੀਂ ਜਿਸ ਦੌਰ ਦੇ ਵਿੱਚ ਬੈਠ ਕੇ ਮੌਬ ਲਿੰਚਿੰਗ 'ਤੇ ਬਹਿਸ ਕਰ ਰਹੇ ਹਾਂ, ਇਹ ਉਹ ਦੌਰ ਹੈ ਜਦੋਂ ਦੇਸ਼ ਜਿਹੜਾ ਉਹ ਬਹੁਤ ਗੰਭੀਰ ਕਿਸਮ ਦੇ ਆਰਥਿਕ ਸੰਕਟ ਦੇ ਵਿੱਚ ਫਸਿਆ ਹੋਇਆ, ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਖਤਮ ਹੋ ਰਿਹਾ, ਲੋਕਾਂ ਦੀ ਥਾਲੀ ਦੇ ਵਿੱਚ, ਉਹਦੇ ਤਾਂ ਅਸੀਂ ਚਰਚਾ ਹੀ ਨਹੀਂ ਕਰਦੇ। ਇਸੇ ਕਰਕੇ ਮੈਂ ਕਹਿ ਰਿਹਾ, ਇਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਇਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਹਦੇ 'ਤੇ ਸਵਾਲ ਉੱਠਣੇ ਹੀ ਉੱਠਣੇ ਨੇ। ਉਹਦੇ 'ਤੇ ਸਵਾਲ ਨਹੀਂ ਕਰਦੇ ਵੀ ਆਰਬੀਆਈ ਤੇ 36 ਕਰੋੜ ਰੁਪਏ ਲਿੱਤਾ, ਬਿਲਕੁਲ ਬਿਲਕੁਲ 30 ਕਰੋੜ ਰੁਪਏ ਲਿੱਤਾ ਹੈਗਾ, ਉਹਦੇ 'ਤੇ ਅਸੀਂ ਚਰਚਾ ਹੀ ਨਹੀਂ ਕਰਨਾ ਚਾਹੁੰਦੇ। ਜੀ ਜੀ, ਉਹਨਾਂ ਸਵਾਲਾਂ ਦੇ ਉੱਤੇ ਲੋਕ ਨਾ ਬੋਲਣ, ਉਹਦੇ ਵਾਸਤੇ ਉਹਨਾਂ ਨੂੰ ਐਡਵਾਂਸ ਡਰਾਇਆ ਜਾ ਰਿਹਾ, ਇਹ ਐਡਵਾਂਸ ਡਰਾਉਣ ਦੀ ਕੋਸ਼ਿਸ਼ ਹੈ, ਨਹੀਂ ਰੁਕਣੀ, ਇਹਦੇ ਤੋਂ ਕੋਈ ਡਰਨ ਨਹੀਂ ਜਾ ਰਿਹਾ, ਇਹ ਸਰਕਾਰ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਸ ਮੁਲਕ ਨੂੰ ਅਸੀਂ ਲਿੰਚਿਸਤਾਨ ਨਹੀਂ ਬਣਨ ਦੇਣਾ, ਅਸੀਂ ਟੱਕਰ ਦੇਵਾਂਗੇ ਭਾਵੇਂ ਸਾਨੂੰ ਸੜਕਾਂ ਦੇ ਉੱਤੇ ਉਤਰ ਕੇ ਟੱਕਰ ਦੇਣੀ ਪਵੇ, ਇਹ ਭੁਲੇਖਾ ਕੱਢ ਦੇਣਾ ਕਿਸੇ ਪਾਸਿਓਂ ਵੀ ਦਿਮਾਗ ਦੇ ਵਿੱਚੋਂ, ਇਹ ਬਹੁਤ ਸਾਨੂੰ ਬਹੁਤ ਸਪਸ਼ਟ ਹੈ। ਔਰ ਜਿੱਥੇ ਤੱਕ ਧਾਰਾ 124 ਵਾਲਾ ਮਾਮਲਾ, ਇਹ ਸਡੀਸ਼ਨ ਲਾਅ ਅੰਗਰੇਜ਼ਾਂ ਨੇ ਉਦੋਂ ਬਣਾਇਆ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਰਾਜ ਤੇ ਹਿੰਦੁਸਤਾਨੀਆਂ ਨੂੰ ਸਾਰਿਆਂ ਨੂੰ ਇੱਕ ਨੱਕੇ ਦੇ ਵਿੱਚੋਂ ਦੀ ਕੱਢਣ ਦੀ ਕੋਸ਼ਿਸ਼ ਕੀਤੀ, ਸੋਏ ਦੇ ਬਣਾਇਆ, ਉਹ ਤਾਂ ਹੁਣ ਇਹਨਾਂ ਤੋਂ ਪਾਸੇ ਹਟ ਗਏ, ਉਹ ਤਾਂ ਇਹਨਾਂ ਤੋਂ ਪਾਸੇ ਹਟ ਗਏ, ਉਹ ਖੁਦ ਆਪਣੇ ਮੁਲਕਾਂ ਦੇ ਵਿੱਚ ਸਡੀਸ਼ਨ ਖਤਮ ਕਰ ਚੁੱਕੇ ਨੇ, ਖੁਦ ਜਿਹੜੀ ਅਸੀਂ ਅਪਣਾਈ ਹੋਈ ਹੈ ਉੱਥੇ ਸਡੀਸ਼ਨ ਖਤਮ ਹੋ ਚੁੱਕੀ ਹੈ, ਲੇਕਿਨ ਇੱਥੇ ਇਸ ਨੂੰ ਨਵੇਂ ਸਿਰੇ ਤੋਂ ਰਿਵਾਈਵਲ ਕੌਣ ਕਰ ਰਿਹਾ? ਠੀਕ ਉਹੀ ਲੋਕ ਜਿਹੜੇ ਉਦੋਂ ਵੀ ਅੰਗਰੇਜ਼ਾਂ ਦੇ ਭਾਈਵਾਲ ਸੀ, ਉਹੀ ਲੋਕ ਉਸ ਨੂੰ ਰਿਵਾਈਵ ਕਰ ਰਹੇ ਨੇ ਵੀ ਇਹ ਸਡੀਸ਼ਨ ਲਾਅ ਜਿਹੜਾ ਹੈ ਬਹੁਤ ਸਖਤੀ ਨਾਲ ਆਰਡਰ ਆਫ ਦਾ ਡੇ ਬਣਾਤਾ ਹੈ, ਵਰਤੋਂ ਕਹੀਏ ਤਾਂ ਮਿਸ ਯੂਜ਼, ਉਹਦਾ ਆਰਡਰ ਆਫ ਦਾ ਡੇ ਬਣਾਤਾ ਇਹਨਾਂ ਨੇ, ਹਰ ਰੋਜ਼ ਲੋਕਾਂ ਨੂੰ ਜਵਾਬ ਜਿਹੜੀਆਂ ਡਿਬੇਟਸ ਹੋ ਰਹੀਆਂ ਹੈਗੀਆਂ, ਇਹ ਡਿਬੇਟਸ ਦਾ ਰਾਹ ਜਿਹੜਾ ਸਾਰਾ ਨੈਸ਼ਨਲਿਜ਼ਮ ਨੂੰ ਜਾਂਦਾ, ਰਾਸ਼ਟਰਵਾਦੀ ਰਾਜਨੀਤੀ ਨੂੰ ਜਾ ਰਿਹਾ। ਜਵਾਬ ਲੈ ਲਓ, ਦੋ ਲੋਕ ਬੈਠੇ ਨੇ, ਮੇਰਾ ਖਿਆਲ ਹੈ ਵੀ ਇਹਨਾਂ ਨੇ 70 ਸਾਲ ਦਾ ਜਿਹੜਾ ਪੁਰਾਣਾ ਰਾਜ ਹੈ, 60 ਸਾਲ ਦਾ ਜਿਹੜਾ ਪੁਰਾਣਾ ਰਾਜ ਹੈ, ਉਹ ਇਹਨਾਂ ਨੇ ਵੇਖਿਆ ਹੀ ਨਹੀਂ ਇੱਥੇ, ਹਿੰਦੁਸਤਾਨ ਤੋਂ ਕਿਤੇ ਬਾਹਰ ਰਹਿੰਦੇ ਰਹੇ ਨੇ ਜਾ ਕੇ। ਕਾਂਗਰਸ ਨੇ ਕੀ ਕੀਤਾ ਪੰਜਾਬ 'ਚ, ਕੀ ਕੀਤਾ ਐਮਰਜੈਂਸੀ, ਕਿਸ ਤਰ੍ਹਾਂ ਲਾਈ ਉਹਨਾਂ ਨੇ, ਕਿਸ ਤਰ੍ਹਾਂ ਉਹਨਾਂ ਨੇ ਕਤਲੇਆਮ ਕੀਤੇ, ਕਿਸ ਤਰ੍ਹਾਂ ਉਹਨਾਂ ਨੇ ਦੰਗੇ ਕਰਾਉਂਦੇ ਰਹੇ, ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਕਾਸਟ ਦੇ ਉੱਤੇ ਡਿਵੀਜ਼ਨ ਕੀਤੀ, ਜਿਹਦੀ ਸ਼ਰਦ ਪਵਾਰ ਦੀ ਕਹਿੰਦੇ ਰੋ ਰਿਹਾ ਹੈ, ਉਹ ਉਦਨ ਕਿੱਥੇ ਸੀ ਜਦੋਂ ਲੋਕਾਂ ਦੀਆਂ ਬਾਹਾਂ ਭੈਣਾਂ ਡੰਡੀਆਂ ਹੋ ਰਹੀਆਂ ਸੀ ਇੱਥੇ, ਜਦੋਂ ਵਿਧਵਾ ਹੋ ਰਹੀਆਂ ਸੀਗੀਆਂ, ਜਿਹੜੇ ਭਰਾ ਮਾਰੇ ਜਾ ਰਹੇ ਸੀ, ਉਦੋਂ ਸ਼ਰਦ ਪਵਾਰ ਕਿੱਥੇ ਸੀ? ਉਦੋਂ ਨਹੀਂ ਰੋਣਾ ਆਇਆ ਮੈਂ ਦੱਸ ਰਿਹਾ ਕੀ ਤੁਸੀਂ ਇਹਨਾਂ ਲੋਕਾਂ ਨੂੰ, ਸਵਾਲ ਲੈ ਲਓ ਕੀ ਕਾਂਗਰਸ ਦੀ ਖਿੱਚੀ ਹੋਈ ਲਕੀਰ ਨੂੰ ਬੀਜੇਪੀ ਲੰਬਾ ਕਰਨਾ ਚਾਹ ਰਹੀ? ਨਹੀਂ, ਅਸੀਂ ਕੋਈ ਲੰਬਾ ਨਹੀਂ ਕਰਨਾ ਚਾਹ ਰਹੇ, ਜਿਹੜਾ ਕਮਲਜੀਤ ਜੀ ਅੱਜ ਕਹਿ ਰਹੇ ਨੇ ਵੀ ਇਹ ਅੱਜ ਸ਼ੁਰੂ ਹੋਇਆ, ਇਹ ਤੇ 60 ਸਾਲਾਂ ਤੋਂ ਤੁਸੀਂ ਫੇਸ ਕਰਦੇ ਆ ਰਹੇ ਹੋ, ਔਰ ਤੁਸੀਂ ਤੇ ਕਲਕੱਤਾ ਦੇ ਵਿੱਚ ਫੇਸ ਕਰਾਇਆ ਲੋਕਾਂ ਨੂੰ ਜਦੋਂ ਤੁਹਾਡੀ ਉੱਥੇ ਸਰਕਾਰ ਸੀਗੀ, ਤੁਸੀਂ ਕਿਹਨੂੰ ਕੁਸਕਣ ਨਹੀਂ ਦਿੱਤਾ ਉੱਥੇ, ਗੁੰਡਾਗਰਦੀ ਬਚਾ ਕੇ ਰੱਖੀ, ਕਿਹਨੂੰ ਉੱਠਣ ਨਹੀਂ ਦਿੱਤਾ ਤੁਸੀਂ, ਇੱਕ ਇੱਕ ਬੰਦੇ ਨੂੰ ਤੁਸੀਂ ਕਤਲ ਕਰਵਾਇਆ ਉੱਥੇ, ਔਰ ਜੋ ਅੱਜ ਮਾਓਵਾਦੀ ਜਾਂ ਜਿਹੜਾ ਨਕਸਲਾਈਟ ਮੂਵਮੈਂਟ ਚੱਲ ਰਹੀਆਂ ਨੇ ਉਹ ਕੌਣ ਚਲਾ ਰਿਹਾ? ਕੀ ਇਹਨਾਂ ਦਾ ਪਿੱਛੇ ਉਹਨਾਂ ਦਾ ਪੂਰਾ ਹੱਥ ਨਹੀਂ ਕਿ ਇਹ ਲੋਕ ਜਾ ਕੇ ਉਹਨਾਂ ਨੂੰ ਨਹੀਂ ਚਲਾ ਰਹੇ? ਦੇਖੋ ਇਹ ਕਹਿਣਾ ਬੜਾ ਸੌਖਾ ਹੈ ਕਿ ਅੱਜ ਸ਼ੁਰੂ ਹੋਇਆ, ਇਹ ਅੱਜ ਨਹੀਂ ਸ਼ੁਰੂ ਹੋਇਆ, ਨਾ ਹੀ ਕੋਈ ਨਵੀਂ ਚੀਜ਼ ਹੈ,
कांग्रेस दे राज दे विच भी फांसियां लगियां ने ते जिहड़ा बार बार रिपीट करदे ने भी उदों कौन किथे सीगा इह सारा देश जाणदा है कि असीं हमेशा इन्हां सारियां जिहड़ियां आप हुदरापण है सरकारां दा इन्हां दा पूरा विरोध करदे रहे हां सगों इह सच है कि आरएसएस जिहड़ी हैगी उह कदी नहीं बोली हजूमी हिंसा की जरूरत होंगी है इल्जाम कि दम है ब्रेक तो वापस आके इल्जाम से सवाल लेने लाजमी है सवाल एक पूछ रहे देश रोई देश भगती वाली बहस देश को किधर लेके जाएगी प्रसम मनजीत सिंह हमेशा इल्जाम लगता है कि सत्ता हासिल करने के लिए हजूमी हिंसा की जरूरत है पीड़ितंत्र की जरूरत होती है मोब लिंच की जरूरत होती है कि इस इल्जाम विच दम है देखो गल बड़ी साफ आ जो भुल्लर साहब कह रहे हैं कि कांग्रेस ने बहुत कुछ किया इहदे च कोई दो राय नहीं है पर कांग्रेस ने कभी ये ओपनली नहीं कहा कि असी इत्थे हिंदू राष्ट्र बनाउणा मोहन भगवत जी जां ते उन्होंने बयान को क्रिटिसाइज कर देण कह देण कि ये गलत कह रहे हैं नहीं हाँ उन्होंने हाँ इंटरप्रिटेशन जो मर्जी बना लो पर उन्होंने क्या एक मिनट सुन लो ये हिंदू राष्ट्र का ओपन नारे जिहड़े आ हुण लगन लगे आ इस करके कांग्रेस जो लुके छिपे दबी जबान दे विच वो जातां नूं भी वरतदे सी धर्म नूं भी वरतदे सत्ता चाहुण लई और जो उन्हां दा अज हाल होया देश दे विच वो भी तुसीं देख रहे हैं कि तुसीं अपना हाल उहो जिहा करवाउणा चाहुंदे आ जां उदों पहलां लोकां दा होर भी बुरा हाल कर देना चाहुंदे आ तां कि इत्थे कुछ ना होए इह इक नवां सवाल साडे राजनीति दे विच आया हुण फासिज़म की हुंदा फासिज़म यही हुंदा कि किसे नूं बोलण नहीं देना जिहड़ियां भी सीनियर वॉइसिज़ आ उन्हां नूं दबा के रखना डरा के रखना धमका के रखना वह एंटी इंटलैक्चुअलिज़म हुंदा कि जिथे भी कोई लोग थिंकिंग क्रिटिकल रैशनल तर्कशील लोग हैगे आ उन्हां नूं कुट्टो मारो तो यह कह दो कि टुकड़े टुकड़े गएंगे जावड़ेकर का की बयान आया ये जी टुकड़े टुकड़े गएंगे इस गल की विरोधता कर दसो देश जिस देश दे विच तुसी देश भगती साढ़े तो एक्सपैक्ट करते हैं कि असी देश भगत हो ये कि नारे लाउण ना भारत माता की जय ना देश भगती आजूगी जे सानू बोलण दा भी जिस देश दे अधिकार नहीं हैगा तो उस देश नाल साडा प्यार कित्थों जागूगा इसलिए जरूरी है ये देश साडा सारिया लोगों का आ और कुर्बानियां दे के आजादी लई आ और आजादियों का आनंद मानना उसका निग मानना यह सारे लोगों का अधिकार आ यह उन्हां लोगों की कोई प्राइवेट जायदाद नहीं है जिन्हां ने अज सत्ता ते कब्जा कर लिया मैं भुल्लर जी थोड़ा जिहा इमोशनल होकर गल कर रहा उदों ये लोग नहीं सीगे आजादी के हिस्सेदार और अज जिहड़े इत्थे बोल रहे हैं उन्होंने एक लगेसी हैगी है वो तुसीं कहिंदे कित्थे गए सी मैं एक इन्हां नूं जरूर दसना चाहुंदा मैं 72 दे विच ऐसे ही कांग्रेस की जिहड़ी सरकार सीगी 2 महीने खुद जेल च आया जदों इन्हां ने मोगा दे विच पुलिस ने एजिटेशन बच्चों नूं मारिया सी किहड़ियां गल्लां करदे तुसीं कहिंदे असीं घरे बैठे सीगे असीं हमेशा लड़दे रहे लोकां दे हक्कां कमल जी इहदे विच बहुतियां हस्तियां जिहड़ियां हैगियां उह साडे फिल्म जगत नाल संबंध रखदियां हैगियां कि हुण इह वी सुनेहा देण दी कोशिश कीती जा रही है कि फिल्मां तुसीं राष्ट्र भगती दी बनाउणियां हैगियां उहदे विच सवाल नहीं पुछणे बिल्कुल बिल्कुल इह गल ही इह है कि जिहड़े भी बंदे जिहड़े ने वोकल होकर कुछ भी बोलते ने जिन्हां कोल बोलण दे माध्यम जिहड़े ने उह वड्डे ने उहनां तों माध्यम खोणे ने उन्हां माध्यमां दे उत्ते मोनोपली जिहड़ी हैगी उह सरकार कंप्लीट करना चाह रही है हालांकि इन्हां ने बहुत वड्डे पद्धर दे उत्ते मीडिया दे उत्ते मोनोपली कायम की हुई है लेकिन हुण इह जिन्ना भी इंडिपेंडेंट वॉइसिज़ कोई हो सकदियां सी उह सारियां नूं इह जिहड़ा है इह डरा के घरे वड़ना चाह रहे ने लेकिन मैनूं पूरा भरोसा है इस तरह नहीं कोई डरन लगा जमा नहीं कोई डरन लग्या साडे कोल सोशल मीडिया है साडे कोल आपदियां जबाना है ने साडे कोल आपदियां जथेबंदियां है ने असीं लै के सारा कुछ सड़कां दे उत्ते उतर जांगे इस देश नूं असीं हिटलर दा मुल्क नहीं बनन देना इह पक्की गल है इस ते असीं बहुत श्योर हां इह हिटलर दा मुल्क नहीं बनन जा रहा किसे भी हाल जवाब दे दो इह कोर्ट ने फैसला कीता कोर्ट दे फैसले तों बाद एफ आई आर दर्ज करन दे हुक्म हुंदे आ सवाल इह हैगा देश धरोई दी परिभाषा कौन तय करदा है जे कोर्ट नूं समझ नहीं आ रहा फिर किहनूं समझ आवेगा देखो जी ये नहीं है एक जिहड़ा वा लगता नहीं है कि किसी नूं समझ नहीं आता कि देश तरोक ही हुंदा पर एक जिहड़ा एक इस तरह का जिहड़ा एटमोसफीयर बनया एक जिहड़ा इस तरह का जिहड़ा वातावरण बनाया गया है उहदे विच लगता है कि जिहड़ा देश दे खिलाफ बोलना नहीं सरकार दे खिलाफ बोलना भी ईवन खिलाफ बोलना भी नहीं चिट्ठी दे विच तां खिलाफ बोलिया कोई नहीं मेरे जहन दे विच एक सवाल आ रहा है हो सकता कोई होर हुंदा सवाल ना पुछदा सीजीएम साहब
ਨੂੰ ਜੇ ਇਹ ਚੀਜ਼ ਨਹੀਂ ਸਮਝ ਆਈ ਜਾਂ ਸੀ ਜੀ ਐਮ ਸਾਹਿਬ ਨੂੰ ਜੋ ਚੀਜ਼ਾਂ ਸਮਝ ਆਈਆਂ ਉਹਨਾਂ ਨੇ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ, ਕੱਲ੍ਹ ਨੂੰ ਇਹਨਾਂ ਹੁਕਮਾਂ ਦੇ ਖਿਲਾਫ ਅਪੀਲ ਹੁੰਦੀ ਹੈ ਕਿ ਸੀ ਜੀ ਐਮ 'ਤੇ ਕੋਈ ਕਾਰਵਾਈ ਹੋ ਸਕਦੀ ਹੈ? ਨਹੀਂ, ਦੇਖੋ ਇਹ ਨਹੀਂ ਹੈ, ਮਤਲਬ ਸਾਡੇ ਸਿਸਟਮ ਦੇ ਵਿੱਚ ਹੈ ਕਿ ਕੋਈ ਵੀ ਜੱਜ ਜਿਹੜਾ ਵਾ ਜੇ ਉਹਨੇ ਗਲਤ ਫੈਸਲਾ ਦੇ ਦਿੱਤਾ ਹੈ ਤਾਂ ਓਨਲੀ ਰੈਮਡੀ ਅਗੇਂਸਟ ਹਿਮ ਇਜ਼ ਕਿ ਤੁਸੀਂ ਉਹਦੇ ਖਿਲਾਫ ਅਪੀਲ ਕਰ ਲਓ। ਹਾਂ, ਜੇ ਕੋਈ ਇਸ ਤਰ੍ਹਾਂ ਦਾ ਸਾਹਮਣੇ ਆਉਂਦਾ, ਕੋਈ ਤੱਥ ਸਾਹਮਣੇ ਆਉਂਦਾ ਕਿ ਉਹਨੇ ਕੋਈ ਬਿਨਾਂ ਸੋਚਿਆਂ ਸਮਝਿਆਂ ਬਿਨਾਂ ਆਪਣਾ ਜਿਹੜਾ ਜੁਡੀਸ਼ੀਅਸ ਮਾਈਂਡ ਅਪਲਾਈ ਕੀਤਿਆਂ ਜਾਂ ਬਿਨਾਂ ਕਿਸੇ ਹੋਰ ਕੰਸਲਟੇਸ਼ਨ ਦੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਹੈ ਤਾਂ ਸੁਪੀਰੀਅਰ ਕੋਰਟ ਜਿਹੜੀ ਹੈ ਉਹਦੇ ਉੱਤੇ ਜਿਹੜਾ ਹੈ ਪਰ ਇੱਕ ਇੱਕ ਫੈਸਲੇ ਨੇ, ਇੱਕ ਹੁਕਮ ਨੇ, ਬਾਟ ਸਾਹਿਬ ਪੂਰੇ ਮੁਲਕ ਦੇ ਵਿੱਚ ਬਹਿਸ ਚੇਂਜ ਕਰ ਦਿੱਤੀ ਹੈ ਕਿ ਇਹਦਾ ਇੱਕ ਜਿਹੜਾ ਇਹ ਵੀ ਇਸ਼ੂ ਹੈ ਕਿ ਸਾਡੇ ਜਿਹੜੇ ਜੁਡੀਸ਼ੀਅਲ ਆਫੀਸਰਸ ਆ ਉਹਨਾਂ ਦੀ ਟ੍ਰੇਨਿੰਗ ਦੀ ਕਿਤੇ ਨਾ ਕਿਤੇ ਇੱਕ ਲੈਕਿੰਗ ਜ਼ਰੂਰ ਕਰਦੀ ਹੈ, ਜਿਨ੍ਹਾਂ ਨੂੰ ਕੁਝ ਬੇਸਿਕ ਚੀਜ਼ਾਂ ਜਿਹੜਾ ਬੇਸਿਕ ਲਾਅ ਜਿਹੜਾ ਹੈ ਕਿ ਕਿਹੜਾ ਜਿਹੜਾ ਇਨਗਰੀਡੀਅੰਟ ਸਾਡੇ ਸੰਵਿਧਾਨ ਦੇ ਵਿੱਚ ਕੋਈ ਵੀ ਓਫੈਂਸ ਜਿਹੜਾ ਕੀ ਉਹਦੀਆਂ ਇਨਗਰੀਡੀਅੰਟਸ ਜਿਹੜੀਆਂ ਮੇਡ ਆਊਟ ਹੁੰਦੀਆਂ, ਕੀ ਉਹ ਕੇਸ ਦੇ ਵਿੱਚ ਉਹ ਚੀਜ਼ਾਂ ਹੈ ਜਿਹਦਾ ਕਰਕੇ ਉਹ ਓਫੈਂਸ ਬਣੇਗਾ। ਪਹਿਲੀ ਸਟੇਜ ਦੇ ਉੱਤੇ ਜਦੋਂ ਸਾਹਮਣੇ ਆਏ ਸੀ ਉਦੋਂ ਹੀ ਇਹਦੇ ਜਿਹੜੀ ਮੈਂ ਗੱਲ ਕਰਨੀ ਹੈ, ਇੱਕ ਜਿਹੜਾ ਨਰੇਟਿਵ ਸਾਡਾ ਜਿਹੜਾ ਪੋਲਿਟਿਕਸ ਦਾ ਜਿਹਦੇ ਤੇ ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਚਿੰਤਾ ਜਿਹੜੀ ਹੋਣੀ ਚਾਹੀਦੀ ਹੈ, ਸ਼ੁਰੂ ਤੋਂ ਇਹ ਚੱਲ ਰਿਹਾ ਸੀ ਕਿ ਜਿਹੜੀ ਪਾਰਟੀ ਜਿਹੜੀ ਸਟਰੋਂਗ ਹੋਏਗੀ ਆਪਣੇ ਆਪ ਲੋਕਾਂ ਦੇ ਨਾਲ ਹੋਏਗੀ ਉਹ ਜਿੱਤੇਗੀ। ਹੁਣ ਇਸ ਤੋਂ ਉਲਟੇ ਸਾਰਾ ਕੁਝ ਕੀਤਾ ਜਾ ਰਿਹਾ ਕਿ ਨਹੀਂ, ਤੁਹਾਡਾ ਸਟਰੋਂਗ ਹੋਣਾ ਜ਼ਰੂਰੀ ਨਹੀਂ, ਦੂਜਿਆਂ ਨੂੰ ਕਮਜ਼ੋਰ ਕਰੋ, ਡਰਾਓ ਸਭ ਨੂੰ ਕਿ ਜੇ ਤੁਸੀਂ ਦੂਜੇ ਪਾਸੇ ਖੜੇ ਹੋ ਸਾਡੇ ਵੱਲ ਨਹੀਂ ਆਏ ਤਾਂ ਜਿਹੜਾ ਆਹ ਕੇਸ ਤੁਹਾਡੀ ਈਡੀ ਬੈਠੀ ਜੇ, ਸੀਬੀਆਈ ਬੈਠੀ ਜੇ ਤੁਸੀਂ ਸਾਡੇ 'ਚ ਆ ਗਏ ਤੇ ਰਾਤੋ ਰਾਤ ਗੰਗਾ ਧੋਤੇ ਗਏ ਤੁਸੀਂ ਇਮਾਨਦਾਰ। ਮੈਂ ਇੰਨੀ ਗੱਲੇ ਕਹਿਣੀ ਹੈ, ਇਹ ਚੀਜ਼ ਜਿਹੜੀ ਹੈ ਬੜੀ ਖਤਰਨਾਕ ਤਰੀਕੇ ਦੀ ਪਾਰਟੀ ਦੀ ਜਿਹੜੀ ਗੱਲ ਕਰ ਰਿਹਾ ਨਾ ਕਿ ਲੈਕ ਆਫ ਕੰਪੀਟੈਂਸ ਉਹਨਾਂ ਦੀ ਟ੍ਰੇਨ, ਬਿਲਕੁਲ ਨਹੀਂ ਹੈ ਗੱਲ, ਸਾਰੇ ਟੁੱਕੜ ਬੋਚ ਹੋਏ ਹੋਏ ਆ, ਸਾਰੇ ਗਾਂ ਬਾਅਦ ਵਿੱਚ ਜੌਬਾਂ ਚਾਹੁੰਦੇ ਆ, ਪ੍ਰਮੋਸ਼ਨਾਂ ਚਾਹੁੰਦੇ ਆ, ਸਭ ਕੁਝ ਚਾਹੁੰਦੇ ਆ, ਐਨ ਗਿਣੀ ਤੁਹਾਡੀ ਬਹਿਸ ਉਹਨਾਂ ਨੇ ਵੀ ਸੁਣਨੀ ਹੈ, ਬਿਲਕੁਲ 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 ਗਿਣੀ ਮਿਠੀ ਢੰਗ ਦੇ ਨਾਲ ਇਹ ਫੈਸਲੇ ਇਹੋ ਜਿਹੇ ਲੈ ਜਾਂਦੇ ਆ, ਇਹੋ ਜਿਹਾ ਕੋਈ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ ਹੈ, ਇੱਕ ਸਧਾਰਨ ਬੰਦੇ ਨੂੰ ਪਤਾ ਹੈ। ਔਰ ਮੈਨੂੰ ਸਭ ਤੋਂ ਵੱਡੀ ਮਾੜੀ ਗੱਲ ਕੇਪੀ ਸਿੰਘ ਇਹ ਹੋ ਰਹੀ ਹੈ ਕਿ ਅੱਜ ਇਨਸਾਫ਼ ਨੂੰ ਇਨਸਾਫ਼ ਦੇ ਮੰਦਰਾਂ 'ਚ ਖਤਰਾ ਪੈਦਾ ਹੋ ਗਿਆ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਾਮਿਲਨਾਡੂ ਹਾਈ ਕੋਰਟ ਦੇ ਵਿੱਚ ਜੋ ਹੋਇਆ, ਜੋ ਪਿਛਲੇ ਦਿਨਾਂ ਦੇ ਵਿੱਚ ਜੱਜਾਂ ਨੇ ਜੋ ਵਿਅਕਤ ਕੀਤਾ ਵੀ ਕਿਸੇ ਨੂੰ ਚੁੱਕ ਕੇ ਕਿਤੇ ਜਾ ਕੇ ਟ੍ਰਾਂਸਫਰ ਕਰ ਦਿੱਤੀ ਜਾਊਗੀ, ਰਿਮੋਟ ਹੈ ਕਿਸੇ ਨੂੰ ਡਿਮੋਟ ਕਰ ਦਿੱਤਾ ਜਾਊਗਾ, ਉਹ ਬਹੁਤ ਕਲੀਅਰ ਮੈਸੇਜ ਸੀ ਸਰਕਾਰ ਦਾ ਕਿ ਜਿਹੜਾ ਸਾਡੇ ਖਿਲਾਫ ਜਾਏਗਾ ਉਹਦਾ ਅਸੀਂ ਕੀ ਹਸ਼ਰ ਕਰਾਂਗੇ। ਇਸ ਕਲੀਅਰ ਮੈਸੇਜ ਤੋਂ ਬਾਅਦ ਇਹੋ ਜਿਹੇ ਫੈਸਲੇ ਆਣੇ ਬਹੁਤ ਸੁਭਾਵਿਕ ਨੇ। ਠੀਕ ਠੀਕ, ਇਹ ਫੈਸਲਾ ਉਹਨਾਂ 'ਚੋਂ ਹੀ ਨਿਕਲਿਆ ਹੋਇਆ, ਸਰਕਾਰ ਦੀ ਸਾਫ਼ ਸਾਫ਼ ਦਖਲਅੰਦਾਜ਼ੀ ਹੈਗੀ ਹੈ ਸਾਰੇ ਇੰਸਟੀਟਿਊਸ਼ਨ ਦੇ ਵਿੱਚ। ਤੁਹਾਨੂੰ ਵੀ ਕਿਤੇ ਅਦਾਲਤ ਦੇ ਵਿੱਚ ਇਨਸਾਫ਼ ਨੂੰ ਖਤਰਾ ਮਹਿਸੂਸ ਹੋ ਰਿਹਾ ਜਾਂ ਨਹੀਂ? ਦੇਖੋ, ਮੈਂ ਤਾਂ ਬੜਾ ਕਲੀਅਰਲੀ ਕਹੂੰਗਾ ਕਿ ਜੁਡੀਸ਼ਰੀ 'ਤੇ ਸਾਨੂੰ ਵਿਸ਼ਵਾਸ ਹੈ, ਇਸੇ ਕਰਕੇ ਅਸੀਂ ਰਾਮ ਮੰਦਰ ਦਾ ਜਿਹੜਾ ਮਸਲਾ ਹੈਗਾ ਅੱਜ ਤੱਕ ਜੁਡੀਸ਼ਰੀ ਛੱਡਿਆ ਹੋਇਆ, ਔਰ ਤਿੰਨ ਲੋਕ ਬੈਠੇ ਨੇ, ਇੱਕ ਐਡਵੋਕੇਟ ਨੇ ਬੜੇ ਸੀਨੀਅਰ, ਇੱਕ CPI ਤੋਂ ਤੁਹਾਡੇ ਲੀਡਰ ਨੇ, ਦੂਜੇ ਇੰਟਲੈਕਚੁਅਲ ਨੇ ਜੀ, ਇਹ ਕੱਲ੍ਹ ਸਵੇਰੇ ਹਾਈਕੋਰਟ ਚਲੇ ਜਾਂਦੇ ਹਾਂ, ਉੱਥੇ ਜਾ ਕੇ ਕੇਸ ਪਾ ਦੇਣ ਉਹਦੇ ਖਿਲਾਫ਼, ਇਹਨਾਂ ਨੂੰ ਰੋਕਿਆ ਕਿਹਨੇ? ਅਸੀਂ ਤਾਂ ਰੋਕਿਆ ਨਹੀਂ, ਨਾ ਸਰਕਾਰ ਨੇ ਰੋਕਿਆ, ਨਾ ਕਿਸੇ ਹੋਰ ਨੇ ਰੋਕਿਆ, ਇੱਕ ਇੰਡੀਵਿਜੁਅਲ ਨੇ ਉੱਥੇ ਕੇਸ ਪਾਇਆ, ਉਹਨਾਂ ਦੇ ਖਿਲਾਫ਼ ਪਰਚਾ ਦਰਜ ਹੋ ਗਿਆ, ਔਰ ਉੱਥੋਂ ਜੱਜ ਨੇ ਫੈਸਲਾ ਲਿਆ, ਉਹ ਸਰਕਾਰ ਦਾ ਕਿਹੜਾ ਫੈਸਲਾ? ਇਸ ਇੰਡੀਵਿਜੁਅਲ ਦੇ ਕੇਸ 'ਤੇ ਸਾਨੂੰ ਬਹਿਸ ਕਰਨੀ ਚਾਹੀਦੀ ਹੈ, ਸਰਕਾਰ ਨੂੰ ਇਹ ਬਹਿਸ ਵੀ ਵਿਅਰਥ ਲੱਗਦੀ ਹੈ। ਮੈਂ ਦੇਖੋ, ਬਹਿਸ 'ਤੇ ਤੁਸੀਂ ਭਾਵੇਂ ਜਿਹੜੀ ਮਰਜ਼ੀ ਗੱਲ 'ਤੇ ਕਰ ਲਓ, ਅੱਜ ਤੁਸੀਂ ਭਾਵੇਂ ਮੰਗਦੇ ਨੇ ਸੜਕਾਂ ਉੱਤੇ ਉਹਨਾਂ 'ਤੇ ਕਰ ਲਓ, ਤੁਸੀਂ ਅੱਜ ਤੁਸੀਂ ਨਹੀਂ, ਤੁਹਾਨੂੰ ਇਹ ਬਹਿਸ ਦਾ ਵਿਸ਼ਾ ਲੱਗਦਾ ਜਾਂ ਨਹੀਂ ਕਰ ਲਓ, ਅੱਜ ਤੁਹਾਨੂੰ ਇਹ ਬਹਿਸ ਦਾ ਵਿਸ਼ਾ ਲੱਗਦਾ ਜਾਂ ਨਹੀਂ? ਬਹਿਸ ਦਾ ਵਿਸ਼ਾ ਹੈਗਾ, ਕੋਈ ਡਾਊਟ ਨਹੀਂ। ਚਲੋ, ਤੁਸੀਂ ਕਿਉਂਕਿ ਬਹਿਸ ਦੇ ਵਿਸ਼ੇ ਤੋਂ ਬਾਅਦ ਹੀ ਉਹ ਲੋਕ ਬਾਹਰ ਨਿਕਲ ਕੇ ਆਉਂਦੇ ਨੇ ਜਿਨ੍ਹਾਂ ਦੀ ਵਿਚਾਰਧਾਰਾ ਨਜ਼ਰ ਆਉਂਦੀ ਹੈ ਵੀ ਇਹ ਬਹਿਸ ਦੇਸ਼ ਨੂੰ ਲੈ ਕੇ ਕਿੱਧਰ ਜਾਊਗੀ, ਦੇਸ਼ ਧਰੋਹੀ ਤੇ ਦੇਸ਼ ਭਗਤੀ ਵਾਲੀ ਬਹਿਸ? ਦੇਖੋ, ਉਹ ਲੋਕ ਨੰਗੇ ਹੋ ਰਹੇ ਨੇ ਜਿਹੜੇ ਦੇਸ਼ ਨੂੰ ਡੋਬਣ ਦੇ ਕਿਨਾਰੇ ਤੇ ਲੱਗੇ ਹੋਏ ਸੀਗੇ, ਜਿਹੜੇ ਦੇਸ਼ ਨੂੰ ਵੰਡਣ ਲੱਗੇ ਹੋਏ ਸੀਗੇ, ਜਿਨ੍ਹਾਂ ਲਈ ਇੱਕ ਸਿੱਖ ਨੂੰ ਕਿਸੇ ਨੂੰ ਫਾਂਸੀ ਹੋਵੇ ਤੇ ਉਹਨਾਂ ਦੇ ਦਿਲ 'ਚ ਕੋਈ ਦਰਦ ਨਹੀਂ ਹੁੰਦਾ, ਇੱਕ ਕਿਸਾਬ ਨੂੰ ਆ ਕੇ ਫਾਂਸੀ ਹੋਵੇ ਤੇ ਅੱਧੀ ਰਾਤ ਨੂੰ ਜਾ ਕੇ ਅਦਾਲਤਾਂ ਖਲਵਾਉਂਦੇ ਆ, ਆਪਣੇ ਅਵਾਰਡ ਵਾਪਸੀ ਕਰਦੇ ਆ, ਉਹ ਚਿਹਰੇ ਨੰਗੇ ਹੋ ਰਹੇ ਨੇ। ਕਮਲ ਜੀ, ਤੇ ਬਹਿਸ ਦੇਸ਼ ਨੂੰ ਕਿੱਧਰ ਲੈ ਕੇ ਜਾਊਗੀ? ਇਹ ਮੋਡਸ ਆਪਰੈਂਡੀ ਦੇ ਉੱਤੇ ਮੈਂ ਥੋੜਾ ਜਿਹਾ ਗੱਲ ਕਰ ਲਵਾਂ। ਇਹ ਜਿਹੜਾ ਤਰੀਕਾ ਹੈ ਨਾ ਕਿ ਇੱਥੇ ਬੈਠ ਕੇ ਬੀਜੇਪੀ ਦੇ ਲੀਡਰ ਡਿਫਾਈਨ ਕਰਨਗੇ ਵੀ ਆਹ ਇਹੋ ਜਿਹੇ ਹੁੰਦੇ ਨੇ ਦੇਸ਼ ਧਰੋਹੀ, ਔਰ ਬਾਹਰ ਇਹਨਾਂ ਦੀਆਂ ਭੀੜਾਂ ਜਿਹੜੀਆਂ ਨੇ ਉਹ ਤਿਆਰ ਨੇ ਉਹਨਾਂ ਦੀ ਮੌਬ ਲਿੰਚਿੰਗ ਕਰਨ ਵਾਸਤੇ। ਭੀੜਾਂ ਤੁਹਾਡੀਆਂ ਨੇ, ਭੀੜਾਂ ਜਾ ਕੇ ਅੱਜ ਮੌਵਾਦੀ ਤਿਆਰ ਕਰ ਰਹੇ ਨੇ, ਸ਼ਬਦ ਬੋਲਿਆ ਕਿ ਨਕਸਲਾਈਟ ਕਰ ਰਹੇ ਨੇ ਤਿਆਰ। ਇੱਕ ਮਿੰਟ ਪਲੀਜ਼, ਮੈਨੂੰ ਭਰਾ ਤੁਸੀਂ ਲੋਕ, ਮੈਨੂੰ ਸ਼ਬਦ ਕਨਫਰਮ ਕਰ ਲਓ, ਭੀੜਾਂ ਸ਼ਬਦ ਬੋਲਿਆ, ਭੀੜਾਂ ਸ਼ਬਦ ਬੋਲਿਆ, ਭੀੜਾਂ ਤਿਆਰ ਨੇ ਜਿਹੜੀਆਂ ਇਹਨਾਂ ਦੀਆਂ ਭੀੜਾਂ, ਜਿਹੜੀਆਂ ਕਾਤਲ ਭੀੜਾਂ ਨੇ, ਹਜੂਮ ਜਿਹਨੂੰ ਕਹਿ ਰਹੇ ਹੋ, ਹਜੂਮੀ ਹਿੰਸਾ, ਉਹ ਹਜੂਮ ਜਿਹੜੇ ਨੇ ਉਹ ਇਹਨਾਂ ਨੇ ਟੇਮਡ ਹਜੂਮ ਤਿਆਰ ਬੈਠੇ ਨੇ, ਇਹ ਸਟੂਡੀਓਜ਼ ਦੇ ਵਿੱਚ ਪਿਨ ਪੁਆਇੰਟ ਕਰਦੇ ਨੇ ਵੀ ਕਿਹੜੇ ਕਿਹੜੇ
ਲਾ ਰਿਹਾ ਹੈ, ਅੱਜ ਦੇਸ਼ ਦੇ ਟੁਕੜੇ ਟੁਕੜੇ ਦਾ ਨਾਰਾ ਕੌਣ ਲਾ ਰਿਹਾ ਹੈ? ਚਲੋ ਤੁਸੀਂ ਹੁਣ ਇਹੀ ਲੋਕ ਲਾ ਰਹੇ ਨੇ, ਠੀਕ ਠੀਕ ਇਹੀ ਲੋਕ ਤਿਆਰ ਕਰ ਰਹੇ ਨੇ, ਨਾਰਾ ਨਹੀਂ ਲੱਗਿਆ ਜੀ ਨੇ ਇੱਕ ਬੜੀ ਇੰਪੋਰਟੈਂਟ ਤੁਸੀਂ ਦੇਸ਼ ਨੂੰ ਟੁਕੜੇ ਟੁਕੜੇ ਕਰਨ ਲੱਗੇ ਹੋਏ ਹੋ ਨਾਰੇ ਲਾ ਰਹੇ ਜੋੜ ਲੱਗੇ ਹੋਏ ਆ ਇਸੇ ਕਸ਼ਮੀਰ ਦੇ ਲੋਕਾਂ ਦੇ ਜੋੜ ਪਲਜ਼ਾ ਪਲਜ਼ਾ ਮੈਂ ਪਹਿਲੇ ਤੇ ਕੁੱਲਰ ਜੀ ਨੇ ਬੜੀ ਇੰਪੋਰਟੈਂਟ ਗੱਲ ਕਹੀ ਹੈ ਜਿਹੜੀ ਮੈਂ ਸਾਨੂੰ ਹੋਰ ਡਰਾਉਂਦੀ ਹੈ ਤੇ ਚਿੰਤਾ ਚ ਪਾਉਂਦੀ ਹੈ ਉਹ ਇਹ ਕਹੀ ਹੈ ਕਿ ਜੇ ਇਹੋ ਜੇ ਮੁੱਦਿਆਂ ਤੇ ਬਹਿਸਾਂ ਹੋਣਗੀਆਂ ਤੇ ਪਤਾ ਲੱਗੂ ਨਾ ਕਿਹੜੇ ਜਿਹੜੇ ਵਿਰੋਧਤਾ ਕਰ ਰਹੇ ਆ ਇਸੇ ਨੂੰ ਇਹਦਾ ਮਤਲਬ ਕੀ ਨਿਕਲਦਾ ਆ ਕੱਲ ਨੂੰ ਮੈਂ ਇਸੇ ਕਰਕੇ ਕਹਿੰਦਾ ਕਿ ਦੇਸ਼ ਦੇ ਵਿੱਚ ਫਾਸ਼ਿਜ਼ਮ ਦਾ ਕਿੰਨਾ ਖਤਰਾ ਆ ਔਰ ਜਿਹੜੀਆਂ ਵੀ ਵਿਰੋਧ ਦਾ ਵਿਰੋਧੀ ਜਿਹੜੀਆਂ ਇਹੋ ਜੀਆਂ ਆਵਾਜ਼ਾਂ ਹੋਣਗੀਆਂ ਉਹਨਾਂ ਨੂੰ ਕਿਵੇਂ ਦਬੋਚਣਗੇ ਉਹਦੇ ਲਈ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬਲਰ ਸਾਹਿਬ ਤੁਹਾਡਾ ਆਦੀ ਦਾ ਚਿਹਰਾ ਕੁਝ ਹੋਰ ਹੈ ਦੂਜੇ ਦਾ ਕੋਈ ਹੋਰ ਹੈ ਬਲਰ ਸਾਹਿਬ ਤੁਹਾਡਾ ਐਡ ਨਹੀਂ ਸੋ ਡੰਗੇ ਹੋਣਗੇ ਲੱਗ ਸਕਦਾ ਬਾਰ ਸਾਹਿਬ ਬੋਲੋ ਨਾ ਬਾਰ ਸਾਹਿਬ ਲਾਸਟ ਕਮੈਂਟ ਤੁਹਾਡੇ ਬਾਰ ਸਾਹਿਬ ਇਸ ਫੈਸਲੇ ਦੇ ਖਿਲਾਫ ਕੌਣ ਅਪੀਲ ਪਾਊਗਾ ਦੇਖੋ ਜੀ ਇਹ ਤਾਂ ਜਿਹੜੀਆਂ ਕੰਸਰਨ ਤੇਰਾ ਨੇ ਉਹਨਾਂ ਦਾ ਰਾਈਟ ਵੀ ਹੈ ਜਿਨ੍ਹਾਂ ਦੇ ਉੱਤੇ ਐਫਏ ਦਰਜ ਹੋਈ ਹੈ ਉਹ ਦੇਸ਼ ਧਰੋਹੀ ਦੀ ਕੈਟਾਗਰੀ ਵਿੱਚ ਖੜਾ ਤਾਂ ਨਹੀਂ ਹੋ ਜਾਣਗੇ ਜਿਹੜੇ ਇਸ ਕੇਸ ਦੇ ਖਿਲਾਫ ਬੋਲੇਗਾ ਕੋਈ ਮਤਬਲ ਨਹੀਂਗਾ ਜੀ ਉਹ ਇਹੋ ਜੀਆਂ ਪਰਸਨੈਲਿਟੀਜ਼ ਨੇ ਇਹੋ ਜੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਵੱਲ ਕੋਈ ਉਂਗਲ ਨਹੀਂ ਕਰ ਸਕਦਾ ਕਿਸੇ ਤਰ੍ਹਾਂ ਦੀ ਸਾਰੀਆਂ ਜ਼ਿੰਦਗੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆਪਣੇ ਆਪਣੇ ਫੀਲਡ ਦੇ ਵਿੱਚ ਬੜੀ ਉਹਨਾਂ ਦਾ ਉੱਘਾ ਯੋਗਦਾਨ ਹੈ ਉਹ ਵੀ ਜਾ ਸਕਦੇ ਆ ਉਹਨਾਂ ਤੋਂ ਇਲਾਵਾ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਜਾ ਸਕਦੇ ਆ ਈਵਨ ਕਿ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਆ ਸਿਊ ਮੋਟੋ ਲੈ ਸਕਦੇ ਆ ਐਕਸ਼ਨ ਵੀ ਲੈ ਸਕਦੇ ਆ ਕਿ ਚੀਜ਼ ਜਿਹੜਾ ਆਇਆ ਵਾ ਇਹ ਗਲਤ ਆ ਇਹ ਖਤਮ ਕਰੋ ਤੇ ਅੱਗੇ ਨੂੰ ਸੁਨੇਹਾ ਦਿਓ ਕਿ ਇਸ ਤਰ੍ਹਾਂ ਦੀ ਜਿਹੜੀ ਆ ਫਾਲਸ ਔਰ ਫਿਲਿਬਸ ਚੀਜ਼ਾਂ ਜਿਹੜੀਆਂ ਵਾ ਉਹ ਬੰਦ ਕੀਤੀਆਂ ਮੈਂ ਬਹੁਤ ਬਹੁਤ ਸਾਹਿਬ ਇਸ ਤਰ੍ਹਾਂ ਹੈ ਕਿ ਤੁਸੀਂ ਜੁਡੀਸ਼ਰੀ ਨੂੰ ਘੱਟੋ ਘੱਟ ਇੱਥੇ ਤੁਸੀਂ ਐਡਵੋਕੇਟ ਹੋ ਤਾਂ ਕਹਿ ਜੀ ਲੈ ਸਕਦੇ ਆ ਫਾਲਸ ਸਾਬਤ ਹੋਏਗਾ ਫਾਲਸ ਹੋ ਜਾਏਗਾ ਤੁਸੀਂ ਡਿਸੀਜਨ ਦੇ ਦੇਵੇ ਕੌਣ ਹੁੰਦੇ ਹੋ ਚਲੋ ਬਹੁਤ ਧੰਨਵਾਦ ਬਲਰ ਸਾਹਿਬ ਤੁਹਾਡਾ ਡਿਸੀਜਨ ਤੁਸੀਂ ਵੀ ਨਹੀਂ ਦੇ ਸਕਦੇ ਕੋਈ ਵੀ ਨਹੀਂ ਦੇ ਸਕਦਾ ਤੁਸੀਂ ਜੱਜ ਨਹੀਂ ਹੋਣਾ ਠੀਕ ਹੈ ਚਲੋ ਬਹੁਤ ਧੰਨਵਾਦ ਤੁਸੀਂ ਜੱਜਮੈਂਟ ਦੇਣ ਵਾਲੇ ਕੌਣ ਹੁੰਦੇ ਹੋ ਤੁਹਾਡਾ ਬਹੁਤ ਧੰਨਵਾਦ ਬਾਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੱਜ ਕੋਈ ਵੀ ਨਹੀਂ ਹੈਗਾ ਚਰਚਾ ਹੋਣੀ ਲਾਜ਼ਮੀ ਹੈਗੀ ਆ ਜੱਜ ਮੈਂਟ ਤਾਂ ਹੋਵੇਗੀ ਪਤਾ ਤਾਂ ਲੱਗੇਗਾ ਭਵਿੱਖ ਦੀ ਗੋਦ ਵਿੱਚ ਹੈ ਕੀ ਆ ਦੇਸ਼ ਧਰੋਹ ਵਾਲਾ ਰੋਲਾ ਪੈ ਕਿਉਂ ਰਿਹਾ ਹੈਗਾ ਜੋ ਦੇਸ਼ ਧਰੋਹੀ ਅਤੇ ਦੇਸ਼ ਭਗਤੀ ਵਾਲੀ ਬਹਿਸ ਖੜੀ ਕੀਤੀ ਜਾਵੇ ਇਹੋ ਜਿਹਾ ਨੈਰੇਟਿਵ ਸੈੱਟ ਕੀਤਾ ਜਾਵੇ ਫਿਰ ਸਮਝ ਲਓ ਤੁਹਾਡੀ ਜੇਬ ਦੇ ਵਿੱਚ ਪੈਸੇ ਹੈ ਜਾਂ ਨਹੀਂ ਤੁਸੀਂ ਦੀਵਾਲੀ ਮਨਾ ਸਕਦੇ ਹੋ ਕਿ ਨਹੀਂ ਮਨਾ ਸਕਦੇ ਤੁਸੀਂ ਤਿਉਹਾਰਾਂ ਦੇ ਵਿੱਚ ਖਰੀਦਦਾਰੀ ਕਰ ਸਕਦੇ ਹੋ ਨਹੀਂ ਕਰ ਸਕਦੇ ਮੰਦੀ ਹੈ ਜਾਂ ਨਹੀਂ ਹੈ ਉਹਨਾਂ ਸਾਰੇ ਮੁੱਦਿਆਂ ਨੂੰ ਪਾਸੇ ਰੱਖ ਦਿਓ ਸਿਰਫ ਸਰਹੱਦ 'ਤੇ ਗਾਣੇ ਗਾਓ ਦੇਸ਼ ਭਗਤੀ ਦਾ ਗਾਣਾ ਸੁਣਾਓ ਰਾਸ਼ਟਰਵਾਦੀ ਸਿਆਸਤ ਦਾ ਹਿੱਸਾ ਬਣੋ ਇਸ ਤੋਂ ਇਲਾਵਾ ਤੁਸੀਂ ਸਵਾਲ ਨਾ ਪੁੱਛੋ ਇਸੇ ਕਰਕੇ ਦੇਸ਼ ਧਰੋਹ ਵਾਲਾ ਰੋਲਾ ਪੈ ਰਿਹਾ ਬਾਕੀ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਬਹੁਤ ਧੰਨਵਾਦ